एक तां कुड़ी नूं शीशे तों वेल नहीं मिलदी, जदों देखो शीशे मूहरे खड़ी रहिंदी आ। कुड़े कुड़िए, अज तां कॉलेज तों छुट्टी है, अज क्यों शीशे मूहरे खड़ी है? को मेरे नाल काम करा ला धीए। ਲੈ ਮੰਮੀ, ਤੁਸੀਂ ਤਾਂ ਸਵੇਰੇ ਹੀ ਬੋਲੋ ਲੱਗ ਜਾਂਦੇ ਹੋ। ਅੱਜ ਤਾਂ ਮੇਰੀ ਛੁੱਟੀ ਸੀ, ਨਾਲੇ ਮੂੰਹ ਮੱਥਾ ਤਾਂ ਹੁਣ ਸਵਾਰਨਾ ਹੀ ਹੈ। ਕੋਈ ਨਹੀਂ, ਵਿਹਲੀਆਂ ਕੀ ਕਰਾ ਦੂੰਗੀ ਸਾਰਾ ਦਿਨ ਤੁਹਾਡੇ ਨਾਲ ਕੰਮ। ਚੱਲ, ਮਰਜ਼ੀ ਹੈ ਧੀਏ ਤੇਰੀ, ਜਦੋਂ ਤੈਨੂੰ ਕੰਮ ਕਹਿ ਲਓ। ਮੂੰਹ ਬਣਾਉਣ ਲੱਗ ਜਾਂਦੀ ਹਾਂ। ਲੈ ਆ, ਹੁਣ ਕੌਣ ਆ ਗਿਆ ਬਾਰ 'ਤੇ? ਆ ਬਾਰ ਖੋਲ੍ਹ ਦੇਖ ਕੌਣ ਆ। ਠੀਕ ਹੈ ਮੰਮੀ। ਪੁੱਤ, ਭੁੱਖ ਲੱਗ ਰਹੀ ਆ, ਦੋ ਰੋਟੀਆਂ ਮਿਲ ਜਾਣਗੀਆਂ, ਤੇਰਾ ਬਹੁਤ ਪੁੰਨ ਲੱਗੂਗਾ ਪੁੱਤ। ਕੁੜੇ ਕੌਣ ਹੈ ਕੁੜੀਏ? ਮੰਮੀ ਕੋਈ ਮੰਗਤਾ ਜਾਇਆ। ਲੈ ਫਿਰ ਤੂੰ ਕਿਉਂ ਗੇਟ ਤੇ ਖੜ ਕੇ ਗੱਲਾਂ ਕਰਨ ਲੱਗ ਪਈ? ਦੋ ਰੋਟੀਆਂ ਲਿਆ ਕੇ ਦੇ ਦੇ, ਰੋਟੀ ਖਵਾਉਣ ਦਾ ਪੁੰਨ ਹੁੰਦਾ। ਚੰਗਾ ਮੰਮੀ, ਆ ਜਾਓ ਤੁਸੀਂ ਅੰਦਰ ਆ ਜਾਓ, ਇੱਥੇ ਬਹਿ ਜਾਓ। ਜਾ ਪਾ ਲਿਆ ਦੋ ਰੋਟੀਆਂ। ਲੈ ਇਹਨੂੰ ਭਿਖਾਰੀ ਨੂੰ ਅੰਦਰ ਤਾਂ ਬੁਲਾ ਲਿਆ, ਪਰ ਅੱਜ ਕੱਲ੍ਹ ਇਹ ਭਿਖਾਰੀਆਂ ਦੇ ਭੁਲੇਖੇ ਠੱਗ ਚੋਰ ਤੁਰੇ ਫਿਰਦੇ ਨੇ। ਆਹ ਨਾਲ ਦੇ ਪਿੰਡ ਹੀ ਲੁੱਟ ਖੋਹ ਹੋਈ, ਹਜੇ 10 ਦਿਨ ਹੋਏ ਆ। ਮੈਂ ਕੋਈ ਚੋਰ ਨਹੀਂ ਹੈਗਾ, ਪਾਪੀ ਪੇਟ ਲਈ ਦਰ ਦਰ ਭੜਕਦਾ ਫਿਰਦਾ। ਲਿਆ ਪੁੱਤ, ਬਸ ਪੁੱਤ ਪਾਣੀ ਲਿਆ ਦੇ ਗਲਾਸ। ਆ ਕੁੜੀ ਵੀ ਦੱਸ ਕਿੱਥੇ ਵਾਈਪਰ ਸੈੱਟ ਰੱਖਿਆ। ਲਿਆ ਦੇ ਇਹਨੂੰ ਪਾਣੀ, ਹੱਟਾ ਕੱਟਾ ਹੈਗਾ, ਮੰਗ ਮੰਗ ਰੋਟੀਆਂ ਖਾਂਦਾ। ਵੇ ਤੇਰੀਆਂ ਕੀ ਲੱਤਾਂ ਬਾਹਾਂ ਟੁੱਟੀਆਂ ਆ ਵਿੱਕੀ? ਤੂੰ ਜਿੱਤੋ, ਤੂੰ ਆ, ਤੂੰ ਕੀ ਆਪਣਾ ਹਾਲ ਬਣਾ ਰੱਖਿਆ? ਜਿੱਤੋ ਕੀ ਦੱਸਾਂ, ਆਪਣੇ ਪਾਪਾ ਦੀ ਸਜ਼ਾ ਭੁਗਤ ਰਿਹਾ, ਨਾਲੇ ਆ ਘਰ ਤੇਰਾ ਆ। ਹਾਂ, ਇਹ ਘਰ ਮੇਰਾ ਹੀ ਆ। ਆਪਣੇ ਪੈਰਾਂ ਚ ਬਿਠਾਉਂਦਾ ਸੀ ਤੇ ਅੱਜ ਮੇਰੇ ਪੈਰਾਂ ਚ ਬੈਠਾ। ਜਿੱਤੋ, ਕਿਉਂ ਪੁਰਾਣੀਆਂ ਗੱਲਾਂ ਛੇੜਦੀ? ਨਾਲੇ ਅਹੰਕਾਰ ਨੇ ਤਾਂ ਮੈਨੂੰ ਇੱਥੇ ਲਿਆ ਬਿਠਾ ਤਾ। ਮੰਮੀ, ਇਹ ਸਭ ਕੀ ਕਹੀ ਜਾਂਦੇ ਨੇ? ਮੈਨੂੰ ਤਾਂ ਕੁਛ ਨਹੀਂ ਸਮਝ ਲੱਗ ਰਹੀ ਹੈਗੀ। ਤੁਸੀਂ ਮੈਨੂੰ ਦੱਸੋ ਸਭ ਕੀ ਗੱਲ ਹੈ, ਕਿ ਕੌਣ ਨੇ ਇਹ ਤੇ ਇਹਨਾਂ ਦੀ ਕੀ ਕਹਾਣੀ ਆ? ਧੀਏ ਦੱਸਦੀ ਆ, ਜਿੰਨਾ ਮਰਜ਼ੀ ਕਰ ਲਓ, ਕਿਸੇ ਦਾ ਕੋਈ ਕਿਸੇ ਦਾ ਨਹੀਂ। ਕੀ ਗੱਲ ਜੀ, ਅੱਜ ਤੁਸੀਂ ਦਿਹਾੜੀ ਤੇ ਨਹੀਂ ਗਏ? ਜੇ ਤੁਹਾਡਾ ਕੁਛ ਦੁਖਦਾ ਨਾ, ਜਾ ਕੇ ਦਵਾਈ ਲਿਆਓ। ਐਵੇਂ ਰਾਤ ਨੂੰ ਤੰਗ ਹੋਵੋਗੇ, ਜੇ ਨਹੀਂ ਜਾਇਆ ਜਾਂਦਾ ਮੈਂ ਲਿਆਉਂਦੀ ਹਾਂ ਦਵਾਈ। ਉਹ ਯਾਰ, ਜਿੰਨਾਂ ਦੇ ਦਿਹਾੜੀ ਤੇ ਜਾਣਾ ਸੀ ਉਹ ਜਵਾਬ ਦੇ ਗਏ, ਕਹਿੰਦੇ ਬੰਦਾ ਹੋਰ ਮਿਲ ਗਿਆ। ਚਲੋ ਕੋਈ ਗੱਲ ਨਹੀਂ, ਤੁਸੀਂ ਦੁਖੀ ਨਾ ਹੋਵੋ, ਆਖਿਰ ਮੈਂ ਤੁਹਾਡੀ ਘਰ ਵਾਲੀ ਹਾਂ। ਜੇ ਦੁੱਖ ਤਕਲੀਫ ਹੁੰਦਾ ਤਾਂ ਤੁਸੀਂ ਮੈਨੂੰ ਦੱਸ ਦਿਆ ਕਰੋ, ਜਦੋਂ ਮੈਂ ਬਿਮਾਰ ਹੁੰਦੀ ਹਾਂ ਮੇਰੀ ਵਾਰ ਤਾਂ ਤੁਸੀਂ ਭੱਜੀ ਫਿਰਦੇ ਹੋ। ਉਹ ਕੀ ਦੱਸਾਂ ਯਾਰ, 2 ਦਿਨ ਹੋ ਗਏ ਢੂੰਝ ਦਰਦ ਹੋਈ ਜਾਂਦੀ ਹੈ। ਫਿਰ ਤੁਸੀਂ ਸ਼ਹਿਰ ਜਾ ਕੇ ਦਵਾਈ ਕਿਉਂ ਨਹੀਂ ਲਿਆਉਂਦੇ, ਕਿਉਂ ਤੰਗ ਹੁੰਦੇ ਹੋ? ਜੇ ਕੱਲ੍ਹ ਨੂੰ ਵਾਧਾ ਵੱਧ ਗਿਆ ਨਾ, ਫਿਰ ਵੀ ਤਾਂ ਪੈਸੇ ਲਾਉਣੇ ਹੀ ਪੈਣੇ ਹੈ। ਕਾਹਦੀ ਲਿਆਵਾਂ ਦਵਾਈ, ਜੇਬ 'ਚ ਰੁਪਈਆ ਨਹੀਂ ਹੈਗਾ। ਉਹ ਕੋਈ ਨਹੀਂ, 2 ਕੁ ਦਿਨ ਘਰ ਰਹਿ ਜੂੰਗਾ, ਆਪੇ ਠੀਕ ਹੋ ਜੂ। ਮੇਰੀ ਗੱਲ ਸੁਣੋ ਜੀ, ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਐਵੇਂ ਘਰੇ ਬੈਠ ਕੇ ਵੀ ਨਹੀਂ ਸਰਨਾ, ਕਿਸੇ ਜ਼ਿੰਮੇਦਾਰ ਤੋਂ ਪੈਸੇ ਮੰਗ ਲਓ। ਕੀ ਗੱਲਾਂ ਕਰਦੀਆਂ ਜਿੱਤੋ, ਇਹਨਾਂ ਨੂੰ ਤਾਂ ਪੈਸੇ ਕੰਮ ਕਰਵਾ ਕੇ ਦੇਣੇ ਔਖੇ ਹੋ ਜਾਂਦੇ ਨੇ, ਵਿਹਲਿਆਂ ਨੂੰ ਕੌਣ ਦਊ? ਸਹੀ ਗੱਲ ਹੈ ਤੁਹਾਡੀ, ਆਪਾਂ ਤਾਂ ਇੰਨਾ ਕੰਮ ਸਾਰਦੇ ਆ ਲੋਕਾਂ ਦਾ, ਪੈਸੇ ਦੇਣ ਲੱਗੇ ਤਾਂ ਪਾਸਾ ਹੀ ਵੱਟ ਲੈਂਦੇ ਨੇ। ਕੀ ਗੱਲ ਜੀਤੋ, ਇੰਨੇ ਮਾੜੇ ਹੋ ਗਏ ਜ਼ਿੰਮੇਦਾਰ ਹੁਣ? ਨਾ, ਜਿਨ੍ਹਾਂ ਦੇ ਸਿਰ ਤੋਂ ਖਾਂਦੇ ਹੋ ਉਹਨਾਂ ਦੀਆਂ ਚੁਗਲੀਆਂ ਕਰੀ ਜਾਂਦੇ ਹੋ? ਨਾ ਜੀ ਨਾ, ਤੁਹਾਨੂੰ ਤਾਂ ਕੁਛ ਨਹੀਂ ਕਿਹਾ ਸੀ। ਆਹ ਦੇਖ ਲਓ, ਬਿਮਾਰ ਹੋਇਆ ਪਿਆ ਮੇਰਾ ਘਰ ਵਾਲਾ, ਦਵਾਈ ਨਹੀਂ ਲੈ ਕੇ ਆਉਂਦਾ, ਕੱਲ੍ਹ ਨੂੰ ਜੇ ਕੁਛ ਹੋ ਗਿਆ ਫਿਰ। ਉਹ ਕੁਛ ਨਹੀਂ ਹੁੰਦਾ ਇਹਨੂੰ, ਇਹ ਤਾਂ ਮਨ ਕਰੇ ਮੈਨੂੰ ਦੇਖ ਕੇ ਲੱਗ ਗਿਆ ਹੋਇਆ ਪਖੰਡ ਕਰਨ। ਓਏ ਕਾਲਿਆ, ਮੈਂ ਤਾਂ ਕੰਜਰ ਦਾ ਤੈਨੂੰ ਸਪਰੇਅ ਕਰਾਉਣ ਵਾਸਤੇ ਲੈ ਕੇ ਜਾਣਾ ਸੀ, ਤੂੰ ਬਿਮਾਰ ਦਾ ਬਹਾਨਾ ਲਾ ਕੇ ਬਹਿ ਗਿਆ। ਉਹ ਨਹੀਂ ਬਾਈ, ਇਹੋ ਜਿਹੀ ਗੱਲ ਨਹੀਂ, ਸੱਚੀ ਕੋਈ ਪੈਸਾ ਨਹੀਂ ਜੇਬ 'ਚ ਦਵਾਈ ਲਿਆਉਣ ਨੂੰ। ਅੱਛਾ, ਆਹੋ ਇੱਕ ਪੈਸਾ ਨਹੀਂ ਹੈਗਾ ਜੇਬ 'ਚ। ਮੈਂ ਇਹਨਾਂ ਨੂੰ ਕਿੰਨੇ ਦਿਨਾਂ ਦੀ ਕਹਿ ਰਹੀ ਹਾਂ ਵੀ 1-2 ਘਰਾਂ 'ਚ ਮੈਂ ਸਾਫ਼ ਸਫ਼ਾਈ ਹੋਰ ਕਰਨ ਲੱਗ ਜਾਂਦੀ ਹਾਂ, ਆਪਣੀ ਕਬੀਲਦਾਰੀ ਸੌਖੀ ਹੋ ਜੂਗੀ। ਉਹ ਜੀਤੋ,
मेरे होंगे तुम क्यों फिक्र करते हो। गल सुनो घरे आ चक मोटरसाइकिल की चाबी ना जिन्ने पैसों की लड़ है ना अपने घरों लै जी मेरे नाम लेके जाके ना के जी डॉक्टर लवे जाई ना तो चंगा इलाज करू तेरा रिपोर्टा रिपूटा भी सस्तियां करू मेरी चंगी जान पछाण है चंगा सरदारा बहुत मेहरबानी तेरी कोई नहीं धन्यवाद वाली कि गल है तुम साढ़े अपने हो जाके ना कर लैके दवाई सीधा खेत आज फिर ठीक है भाई ध्यान जायो। अच्छा मेरी गल सुन जीतो हाँ जी मैं ना तेरे नाल गल भी करनी थी थोड़ी गल तो मैं बाद च सुनांगी सन तो यह नहीं समझ आ रही तुसी साडे लिए इन्ना कुछ क्यों कर दे हो असी थोड़ा देना किवें दवांगे। कोई देना देने की लोड़ नहीं जीतो तेनू भी पता है भी मैं तेरे वास्ते इन्ना कुछ क्यों करदा तो हुण तक मेरी एक गल का जवाब नहीं दिता की सोचे मेरे बारे थोड़ी गल का जवाब मैं दे भी नहीं सकती मैं काले नूं बहुत प्यार करदी हां ते उहनूं कदे भी धोखा नहीं दे सकती। ओ यार काले नूं प्यार करन तों थोड़ी रोकदा मैं पर मेरा दिल करदा भी मैं आपदे घर वाले नूं धोखा देना जीतो तेरी इसे गल ची भलाई है देख तेनू अहम कबाड़ वर्ग घर चो कढ के ना मेलां ते बिठा दूंगा पैसे तो कदे तेरी जिंदगी च कमी आनी है नहीं किन्ने पैसे चाहिए ने तेनू मौज करेंगी एक बार यारी ला के तो देख पर जे लोकां नूं पता लग गया काले नूं पता लग गया वह मैनू जानो मार दूगा। ओ यार ऐ किवें मार दूं तेनू जानो तेनू मेरे ते यकीन नहीं तत्ती वार नहीं लगन दिंदा तेनू नाले हवा तक नूं नहीं पता लगना अपने रिश्ते बारे एक बार बस मैनू तेरी हाँ चाहिए है। गल तो सही कह रहे ने काले दे प्यार नूं मैं की करांगी जदों घर च रोटी ही नहीं खाण नूं हैगी की सोचण लगी। मैं यही कह रही सी पक्का किसी नूं नहीं पता लगदा ना कमली होगी तू एक बार यारी ला सच्ची किसी चीज की तेरे घर च कोई कमी नहीं आने देने नाले ना तेनू बाहर भी किसी के घर च कम करने की लोड़ नहीं जेड़ा भी कम कर करेंगी ना मेरे घर च ही करेंगी किसी नूं कानो कान खबर नहीं होनी चाहिए। ओ यार तेरे नाल वादा है ठीक है चला भाभी चाह बना दिंदी मैं खेत जा रहा सीगा ओ बाई कहंदा अपने नाल वाली जमीन मुल मिलदी आ मड़ा ही मतलब गेड़ा मारिया मैं चल 5 मिनट रुक मैं बना दिंदी भाभी ऐ जगह तू मुंह कीता तू के बाई ने कुछ कहता नहीं नहीं हैप्पी इन्ना ने तां मैनू की कहना ओ तां अज रिपोर्ट्स आ गया सी मेरीआं की आया फिर रिपोर्टा च रिपोर्टा च एक क्लियर हो गया कि मैं माँ कदे नहीं बन सकती। भाभी तू क्यों टेंशन ली आ ना हुण डॉक्टर रब तोते हो गए रब ते भरोसा रख सारा कुछ सही होगा। पर हैप्पी हुण रिपोर्ट्स तो कुछ गलत नहीं कहंदियां ना नाले हुण तां आस ही मुक गई आ मेरी एडे वड्डे घर नूं मैं एक बारिश नहीं दे सकदी। भाभी तू एक बारिश नूं कहणी आ ना चार पंज न्याणे खेडा करनगे इसे वेड़े च देखनी तेरे सामने आ। हैप्पी तू हर टाइम मजाक च ना गल्ला लेके जाया कर कदे मन भी लेदी हुंदी आ समझीदा हुंदा। अभी फिर तू मेरी भी मन्ने कर तू ना उदास जी बैठी सोहनी नहीं लगदी खुश रहा कर सारा कुछ सही होगा रब ते भरोसा रख। चल ठीक है मैं चाह बना देनी आ। हां बना दे जल्दी मैं जाना कर भाभी भी ना बस अच्छा गल सुन भावा ने मैं ना जी शहर जाके ना मंडी हिसाब किताब करके आना बाणी नाल ते मेरी भी गल सुन लो तुसी। हाँ मैं तो ये सोचती पई सी कि आप कोई बच्चा गोद ले लेंगे अहियां गल्लां करियां नहीं यार एडी की आपां नूं कहल हो रही है जवाक वास्ते नाले गोद लैण दी नौबत नहीं आउंदी हाले सुख नाल छोटा अपने हैप्पी कुमारी है कल नूं उहदा विआह कर दांगे उहदे भी जवाक चेले होणगी पर जी आपणे आपणे हुंदे आ की पता हैप्पी दी घरवाली किहो जी होगी मैनूं तां लगदा आ कि आपां गोद लै ही लैंदे आ किधरे नहीं कुछ हुंदा। गल सुण लै मेरी ओह जिहो जी मर्जी होवे पर जे कोई जवाक होऊगा ना तपदा खून होवे घट्टो घट्ट निकल गई। हां मैं लगा स्प्रे तो मैं कराया खेत सारे च अच्छा काले ते कणक पाणी लगदी थोड़ा इहनूं मोटर छड्डा बाकी तुसीं आप देख लिओ। ओ यार असीं कादा देखणा काले इह जिम्मेवारी हुण तूं आप सांभ लै मेरी गल सुण खेत दा सारा कम करना तैं देखणा तू जे तेनू पैसे टके की लोड़ है ना आ लै जा मैं तू एडवांस च लफड़ भाई ओए कोई चक्कर नहीं तेनू भी सारा दिन पैसे की लोड़ रही है मैं देख मेरा घर दा हाल कोई चक्कर नहीं मेहरबानी वाली कोई गल नहीं पर खेत की जिम्मेवारी हूँ आप सामने लगती ठीक है। ठीक है ठीक है भाई कोई गल नहीं जा फिर कर लगा जी मेरी गल सुनो। ओ यार तेरिया मैं बहुत सुन लिया तू मेरी एक गल सुन लै जे इस घर च कोई जवाक खेडूगा ना तो अपना खून होगा मेरा जा कर लगा
ਤੁਸੀਂ ਮੇਰੀ ਕਦੇ ਸੁਣ ਵੀ ਲਿਆ ਕਰੋ ਪਤਾ ਨਹੀਂ ਕੀ ਸੋਚੀ ਜਾਂਦੇ ਹੋ ਜੇ ਮੇਰੀ ਸੋਚ ਸਮਝਦੀ ਹੋਵੇ ਨਾ ਫਿਰ ਤੈਨੂੰ ਪਤਾ ਲੱਗੇ ਮੈਨੂੰ ਪਤਾ ਇਸ ਘਰ ਨੂੰ ਵਾਰਸ ਦੀ ਲੋੜ ਹੈ ਤੇ ਉਹ ਵਾਰਸ ਮੇਰਾ ਆਪਣਾ ਖੂਨ ਹੋਊਗਾ ਤੇ ਉਸ ਨੂੰ ਪੈਦਾ ਕਰੂਗੀ ਜੀਤੋ ਜੀਤੋ ਇਸ ਘਰ ਵਾਸਤੇ ਬੱਚਾ ਪੈਦਾ ਕਰਕੇ ਦੇਊਗੀ ਉਹ ਵੀ ਮੇਰਾ ਲੈ ਕਿੰਨਾ ਕੁ ਕੰਮ ਹੁੰਦਾ ਸਾਰਾ 10 ਮਿੰਟ ਦਾ ਕੰਮ ਸੀ ਨਿਬੜ ਗਿਆ ਚਲ ਵਧੀਆ ਜੀਤੋ ਹਾਂਜੀ ਗੱਲ ਸੁਣ ਮੇਰੀ ਆ ਲੈ ਪੈਸੇ ਹਾਈ ਇੰਨੇ ਪੈਸੇ ਕਿੱਥੋਂ ਲਿਆਤੇ ਉਹ ਸਰਦਾਰ ਨੇ ਦਿੱਤੇ ਨੇ ਸਰਦਾਰ ਨੇ ਮੈਨੂੰ ਪੱਕਾ ਹੀ ਰੱਖ ਲਿਆ ਕੰਮ ਤੇ ਉਹ ਮੈਨੂੰ ਕਹਿੰਦੇ ਆ ਖੇਤਾਂ ਦਾ ਕੰਮ ਸਾਰਾ ਹੁਣ ਤੂੰ ਹੀ ਸਾਂਭਣਾ ਹਾਈ ਸਰਦਾਰ ਜੀ ਕਿੰਨੇ ਵਧੀਆ ਨੇ ਨਾ ਕਿੰਨਾ ਸੋਚਦੇ ਆਪਣੇ ਬਾਰੇ ਹਾਂ ਬਹੁਤ ਵਧੀਆ ਇਨਸਾਨ ਹੈ ਤੂੰ ਕਹਿੰਦੀ ਹੁੰਦੀ ਸੀ ਨਾ ਮੇਰੇ ਕੋਲ ਸੂਟ ਨਹੀਂ ਹੈਗਾ ਮੇਰੇ ਕੋਲ ਆ ਨਹੀਂ ਹੈਗਾ ਹੁਣ ਤੂੰ ਜਿੰਨੇ ਮਰਜ਼ੀ ਸੂਟ ਲੈ ਪੈਸੇ ਦੀ ਪਰਵਾਹ ਨਾ ਕਰ ਓਹੋ ਮੈਂ ਸੂਟਾਂ ਦਾ ਕੀ ਕਰਨਾ ਮੇਰੀ ਗੱਲ ਸੁਣੋ ਸਰਦਾਰ ਜੀ ਕਹਿੰਦੇ ਸੀ ਆ ਜਿਹੜੀ ਚੋਟੀ ਆ ਨਾ ਕਹਿੰਦੇ ਤੁਸੀਂ ਪਾਲ ਲਓ ਓਏ ਆਪਾਂ ਕੀ ਕਰਨੀ ਆ ਪਾਲ ਕੇ ਹਰਾਂ ਨੇ ਚਾਰਾਂ ਨੇ ਆਪਣੇ ਓਹੋ ਉਹਦੀ ਟੈਨਸ਼ਨ ਤੁਸੀਂ ਬਿਲਕੁਲ ਨਾ ਲਓ ਜੇ ਚੋਟੀ ਦੇ ਸਕਦੇ ਨੇ ਤਾਂ ਖਾਣ ਨੂੰ ਹਰਾ ਵੀ ਤਾਂ ਦੇ ਸਕਦੇ ਨੇ ਹਾਂ ਚਲ ਆ ਤਾਂ ਮੈਂ ਵੀ ਕਦੇ ਕਦੇ ਕੱਕਣ ਦਾ ਵੱਢ ਲਿਆ ਕਿਨੂੰ ਖੇਤੋਂ ਇਹ ਤਾਂ ਬਹੁਤ ਵਧੀਆ ਗੱਲ ਹੈ ਫਿਰ ਤਾਂ ਇੱਕ ਗੱਲ ਹੈ ਜਿੱਤੋ ਤੇਰਾ ਦਿਮਾਗ ਬਹੁਤ ਤੇਜ਼ ਹੈ ਦਿਮਾਗ ਤਾਂ ਮੇਰਾ ਬਹੁਤ ਤੇਜ਼ ਆ ਪਰ ਗਰੀਬੀ ਬਹੁਤ ਕੁਝ ਕਰਾ ਦਿੰਦੀ ਹੈ ਜਿਹੜਾ ਕਿਸੇ ਦਾ ਦਿਲ ਵੀ ਨਹੀਂ ਕਰਦਾ ਉਹ ਕੰਮ ਵੀ ਕਰਵਾ ਦਿੰਦੀ ਹੈ ਮਤਲਬ ਉਹ ਕੁਝ ਨਹੀਂ ਤੁਸੀਂ ਜਾਓ ਤੁਸੀਂ ਆਪਣਾ ਕੰਮ ਕਰੋ ਨਾਲੇ ਆ ਪੈਸੇ ਸਾਂਭ ਕੇ ਰੱਖ ਦਿਓ ਨਾ ਨਾ ਤੂੰ ਰੱਖ ਇਹਨਾਂ ਨੂੰ ਮੈਂ ਖੇਤ ਜਾ ਕੇ ਆਣਾ ਖੇਤ ਕਿਹੜਾ ਮਾਸਾ ਦਾਰ ਨੇ ਕਿਹਾ ਖੇਤ ਕਿਹੜਾ ਮਰਜੀ ਚਲੋ ਠੀਕ ਹੈ ਠੀਕ ਹੈ ਚਲ ਆ ਤਾਂ ਵਧੀਆ ਹੋ ਗਿਆ ਯਾਰ ਐਵੇਂ ਤੇਲ ਜਿਹਾ ਮੁੱਲ ਲੈਂਦੇ ਰਹਿੰਦੇ ਸੀਗੇ ਹੁਣ ਸਰੋਂ ਐਤਕੀ ਰੰਗ ਲਾ ਦੂਏ ਹਾਂ ਮੈਂ ਕਹਿੰਦਾ ਸੀ ਵੀ ਹਰੇ ਦੇ ਕੰਮ ਨੂੰ ਵੇੜੀ ਦਿੰਦਾ ਵਾ ਓਏ ਹਰਾ ਹਰਾ ਬਾਅਦ 'ਚ ਦੇਖੀ ਇਹਦਾ ਸ਼ਾਮ ਨੂੰ ਲਿਜਾਣਾ ਤੂੰ ਉਹ ਜਿਹੜਾ ਪਾਣੀ ਛੱਡ ਰੱਖਿਆ ਉਤਲੇ ਕਿਲੇ 'ਚ ਨਾ ਉਧਰੋਂ ਕਰਕੇ ਆ ਸੈਟਿੰਗ ਦੇਖ ਕੇ ਆ ਰਮ ਗਿਆ ਕਿ ਨਾ ਕਮਲੀ ਹੋ ਗਈ ਤੂੰ ਤੂੰ ਮੈਨੂੰ ਇੱਕ ਵਾਰ ਦੱਸ ਤਾਂ ਦਿੰਦੀ ਹਰੇ ਦੀ ਭਰੀ ਆਪੀ ਕਾਲਾ ਧਰ ਕੇ ਆਉਂਦਾ ਘਰੇ ਓਹੋ ਕਾਲੇ ਨੇ ਤਾਂ ਸ਼ਾਮ ਨੂੰ ਆਉਣਾ ਸੀਗਾ ਘਰੇ ਬੈਠੀ ਮੈਂ ਬੋਰ ਹੋ ਰਹੀ ਸੀ ਮੈਂ ਸੋਚਿਆ ਕਾਲੇ ਨੂੰ ਖੇਤ ਮਿਲਿਆ ਵਾ ਉਹ ਰਹਿਣ ਦੇ ਤੂੰ ਮੈਂ ਤਾਂ ਕੁਝ ਹੋਰ ਨਾ ਕਹਾ ਲਈ ਕਾਲੇ ਨੂੰ ਮਿਲਣਾ ਹੁੰਦਾ ਨਾ ਕਾਲਾ ਘਰੇ ਹੀ ਹੁੰਦਾ ਇੱਥੇ ਖੇਤ ਆਉਣ ਦੀ ਲੋੜ ਨਹੀਂ ਤੈਨੂੰ ਮੈਂ ਤਾਂ ਮਜ਼ਾਕ ਕਰਦੀ ਸੀ ਆਈ ਤਾਂ ਮੈਂ ਤੁਹਾਨੂੰ ਹੀ ਮਿਲਣ ਸੀ ਹਰੇ ਵੱਡਣ ਦੇ ਬਹਾਨੇ ਮੈਂ ਸੋਚਿਆ ਤੁਹਾਨੂੰ ਵੀ ਮਿਲਣਾ ਹੋ ਜਾਊਗਾ ਨਾਲੇ ਕਾਲੇ ਨੂੰ ਤਾਂ ਮੈਂ ਘਰੇ ਵੀ ਮਿਲ ਸਕਦੀ ਹਾਂ ਜਦੋਂ ਦੀ ਤੁਹਾਡੇ ਨਾਲ ਗੱਲ ਹੋਣ ਲੱਗੀ ਹੈ ਨਾ ਮੇਰਾ ਤਾਂ ਘਰੇ ਜਮਾ ਦਿਲ ਨਹੀਂ ਲੱਗਦਾ ਹਾਏ ਹਾਏ ਮੇਰਾ ਕਿਹੜਾ ਲੱਗਦਾ ਆ ਸੱਟ ਪੱਲੀਆਂ ਬੋਲੀਆਂ ਜੀ ਇੱਥੇ ਆਰਾ ਹੋਰ ਆਪੀ ਵੱਡੂ ਕਾਲਾ ਆ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ ਤੈਨੂੰ ਪਤਾ ਜਦੋਂ ਤੂੰ ਆਹ ਸਰੋਂ ਵਿਧੀ ਲੰਘ ਕੇ ਆਈ ਹੈ ਨਾ ਦੂਰ ਤੇ ਮੈਨੂੰ ਪਛਾਣ ਆ ਗਈ ਹੋਰ ਕਾਲੇ ਨੂੰ ਭੇਜਿਆ ਉਤਲੇ ਬਾਹਣ 'ਚ ਗੇੜਾ ਮਾਰਨ ਕਿੰਨਾ ਸੋਹਣਾ ਹੁੰਦਾ ਓਏ ਹੁਣ ਮਾਲਕਣ ਤੋਂ ਘੱਟ ਹੈ ਤੂੰ ਮਾਲਕਣ ਨੂੰ ਮੈਂ ਕਦੇ ਖੇਤ ਦਾ ਮੂੰਹ ਤੱਕ ਨਹੀਂ ਦਿਖਾਇਆ ਤੇ ਤੇਰਾ ਜਦ ਦਿਲ ਕਰਦਾ ਤੂੰ ਉਦੋਂ ਆ ਸਕਦੀ ਹੈ ਇਹ ਤਾਂ ਗੱਲ ਬਿਲਕੁਲ ਠੀਕ ਆ ਪਰ ਮੈਨੂੰ ਨਾ ਇਹ ਡਰ ਲੱਗੀ ਜਾਂਦਾ ਜੇ ਕਿਤੇ ਕੱਲ ਨੂੰ ਕਾਲੇ ਨੂੰ ਗੱਲ ਪਤਾ ਲੱਗ ਗਈ ਨਾ ਮੇਰਾ ਪਤਾ ਨਹੀਂ ਕੀ ਹਾਲ ਹੋਊਗਾ ਕਾਲਾ ਯਾਰ ਹੈ ਕਿੱਡੀ ਕੁ ਚੀਜ਼ ਹੈ ਮੇਰੇ ਹੁੰਦੇ ਤੂੰ ਕਾਲੇ ਤੋਂ ਕਦੋਂ ਡਰਦੀ ਹੈ ਤੂੰ ਐਂ ਕਰੀ ਜੇ ਕਦੇ ਉਹਨੂੰ ਆਪਣੀ ਗੱਲ ਦਾ ਪਤਾ ਲੱਗ ਵੀ ਗਿਆ ਨਾ ਇੱਕ ਵਾਰ ਮੈਨੂੰ ਦੱਸ ਦੇ ਮੈਂ ਉਹਨੂੰ ਆਪੇ ਟਿਕਾਣੇ ਲਾ ਦੂੰਗਾ ਠੀਕ ਹੈ ਐਵੇਂ ਮੇਰਾ ਟੈਨਸ਼ਨ ਲਈ ਜਾਇਆ ਕਰ ਬਾਕੀ ਹੁਣ ਮਾਹੌਲ ਵਧੀਆ ਖੇਤ ਦਾ ਆ ਜਾ ਕਰ ਯਾਰ ਟਾਈਮ ਜਿਹਾ ਕੱਢ ਕੇ ਇੱਥੇ ਮਾਹੌਲ ਤਾਂ ਵਧੀਆ ਤੇ ਠੰਡ ਕਿੰਨੀ ਜ਼ਿਆਦਾ ਹੋ ਰਹੀ ਆ ਫਿਰ ਠੰਡ ਹੋ ਰਹੀ ਹੈ ਚਲ ਅੰਦਰ ਬੈਠਦੇ ਆ ਹਾਂ ਹਾਂ ਤੂੰ ਟੈਨਸ਼ਨ ਕਾਹਦੋਂ ਲੈਣੀ ਹੈ ਸਭ ਕੁਝ ਆਪਣਾ ਤਾਂ ਹੈ ਇੱਥੇ ਆਪਾਂ ਨੂੰ ਕੋਈ ਰੋਕੂਗਾ ਆਹ ਕੁਛ ਚੱਲਦਾ ਮੇਰੇ ਮਗਰੋਂ ਸਰਦਾਰ ਦਾ ਤਾਂ ਮੈਂ ਕੁਛ ਵਿਗਾੜ ਨਹੀਂ ਸਕਦਾ ਪਰ ਜਿੱਤੋ ਤੂੰ ਮੇਰੇ ਨਾਲ ਚੰਗੀ ਨਹੀਂ ਕਰ ਰਹੀ ਤੂੰ ਆਈ ਸ਼ਾਮ ਨੂੰ ਘਰੇ ਤਾਂ ਮੈਂ ਦੱਸਦਾ ਓਹੋ ਕਿੰਨਾ ਟਾਈਮ ਲੰਘ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਘਰੇ ਜਾਂਦੀ ਆ ਮੱਝਾਂ ਭੁੱਖੀਆਂ ਹੋਣਗੀਆਂ ਓ ਯਾਰ ਤੂੰ ਮੱਝਾਂ ਹੋ ਜਾਂਦੀ ਨਾ ਟੈਨਸ਼ਨ ਨਹੀਂ ਰੱਖਿਆ ਕਰ ਮਾੜੀ ਮੋਟੀ ਮੇਰੀ ਟੈਨਸ਼ਨ ਰੱਖਿਆ ਕਰ ਅੱਗੇ ਤੋਂ ਨਾ ਆਪ ਹੀ ਟਾਈਮ ਜਿਹਾ ਕੱਢ ਕੇ ਆ ਜਾ ਕਰ ਖੇਤ ਚੰਗਾ ਜੀ ਹੋਰ ਕੋਈ ਹੁਕਮ ਬਸ ਆਹੀ ਕਾਫੀ ਹੈ
आजा कर चंगा। ठीक है चलो मैं जानी हूँ। जा। बाय बाय। बाय बाय। अरे वो जीतो। किन्हीं कॉल करी क्या पहला मैं? जब मैं उदयनी तेरे ना गल कर लांदा, जिंदगी दा असली स्वर्ग था मैंने देख जान्दा। नाले एक गल दा पता लगी, पैसे नाला बंदा कोई भी चीज खरीद सकता है। जब मैं जीतो खरीद ली। जे होर किसी नूं खुश करन तों बेल मिल गई होवे मेरा भी ख्याल कर लै। तू दारू पीती है तैनूं शर्म तां नहीं आंदी? हाँ पीती है पर जिहड़ा कुछ तूं करके आई है वो नहीं करिया मैं। की मतलब है तेरा? मैं जानदा तैनूं ढकी रहा जिहड़ा कुछ तू सरदार नाल करदी फिरदी है ना सब पता है मैनूं। हाँ मैं करदी हां तेरे कोल है की सी जदों मैं ब्याह के आई सीगी नंग करता मैनूं तां खान रोटी ते है नहीं। अच्छा ना जे घर च कुछ है नहीं फिर तू इज्जत दे सौदे करेंगी है? हाँ मैं करांगी इज्जत दे सौदे ये सब मैं आप दे पले ले ही करे है इस घर दे पले ले ही करे है। बस कर ओए सब जानदा मैं। ओ तू रहण दे तू भी टक रहे जान दिया तेनू मैं एक जवाब तो तेथों होया नहीं गया मार दिया गल्ला एडे एडिया हुण बोल हुण के जबान बंद है तेरी। मेरी यही कमी करके ना तू हाँ सब ता कर रही मेरे नाल की गल होगी जीतो घरे नहीं गई अज कदल नहीं करे घरे जानू अज तेरा ओ गल नहीं हैगी विक्की हा? मेरी गल सुनो कालो नु सब कुछ पता लग गया मेनू लगदा उहने ना खेत देख लिया आपां नु हुण मेनू ए नहीं समझ आ रही मैं घरे की मुंह लेके जावांगी घरे गई तो उहने मेनू इन्ना कुछ सुनाणा हुण मैं बहुत कुछ यार तू मेरी गल सुन मेनू दुखी हुंदी तू चंगी नहीं लगदी नाले काला है किड्डी की चीज है जिहड़ा तू तो इन्ना डरी जांदी है पर मेनू इक गल दी समझ उहने खेत थाने किहड़े वेले देख लिया आपां नु खैर तू मेरी गल सुन तू टेंशन फ्री होके ना घरे जा मैं तेरे घर दे नेड़े तेड़ी रहूंगा जे तेन कुछ बोलूगा ना तो मैं तेरे घर ही आऊं सीधा लाउंस वाले नूं टकाने जा तू हाँ जात दी खोल कर ली स्तीरां नाल जफे काले खाल रोटियां जे खादियां जांदियां ने किते ना होवे मेरे हत्थों तेरा आखिरी दिन होगा जी। हैप्पी सच्ची तेरे लिए खुशी का कोई टिकाना नहीं रहना तू गल सुन खान पीन छड्ड आपां शहर चलदे आं नाले तैनूं शॉपिंग करा के लिआऊं नाले चज दा कुछ खवा के लिआऊं तेनू पता थी ना अपने घर च कोई फिक्र लगी रही थी अपने कोई जवाक नहीं हैगा यार जवाक आला हीला हो गया तेन पता जेड़ा अपने काम है काला नाले दे घर वाली ਉਹ ਦੋ ਜਣੇ ਰਾਜੀ ਹੋ ਗਏ ਕਹਿੰਦੇ ਅਸੀਂ ਆਪਦਾ ਜਵਾਕ ਤੁਹਾਨੂੰ ਦੇਵਾਂਗੇ ਤੁਸੀਂ ਗੋਦ ਪਾ ਲਓ ਸਾਡਾ ਜਵਾਕ ਸੱਚੀ ਤੇ ਹੋਰ ਕੀ ਇਹ ਤਾਂ ਬਹੁਤ ਵਧੀਆ ਗੱਲ ਹੋਈ ਸ਼ੁਕਰ ਹੈ ਰੱਬ ਨੇ ਸੁਣ ਲਈ ਨਾਲੇ ਨਾ ਕਾਲੀ ਦੀ ਬਹੂ ਤਾਂ ਬਾਲੀ ਸੋਹਣੀ ਆ ਆਪਣਾ ਜਵਾਕ ਤਾਂ ਬਾਲੀ ਸੋਹਣਾ ਲੱਗੂਗਾ ਉਹੀ ਤਾਂ ਗੱਲ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਇਹ ਜਵਾਕ ਸਾਡਾ ਜਾਂ ਕਿਸੇ ਤੋਂ ਲਿਆ ਸੱਚੀ ਚੋ ਸੋਹਣੀ ਦੇਖੀ ਤਾਂ ਮੈਂ ਉਹਨੂੰ ਕਿਹਾ ਪਰ ਇੱਕ ਗੱਲ ਸੁਣ ਮੇਰੀ ਹੁਣ ਤਾਂ ਇੱਕ ਗੱਲ ਦਾ ਖਿਆਲ ਰੱਖਣਾ ਹਾਂਜੀ ਜਵਾਕ ਲੈਣ ਵਾਸਤੇ ਉਹਨੂੰ ਮੈਂ ਮਨਾ ਲਿਆ ਉਹਦੇ ਖਾਣ ਪੀਣ ਦਾ ਧਿਆਨ ਤੈਂ ਰੱਖਣਾ ਕਿਉਂਕਿ ਉਹਨਾਂ ਦੇ ਘਰੇ ਦਾ ਗਰੀਬੀ ਵਿਚਾਰਿਆਂ ਨੂੰ ਚੰਗਾ ਕੁਛ ਖਾ ਨਹੀਂ ਸਕਦੇ ਤੂੰ ਆਪਣੇ ਘਰੋਂ ਦੇ ਦਿਆ ਕਰੀ ਓਹੋ ਇਹਦੀ ਤੁਸੀਂ ਟੈਨਸ਼ਨ ਨਾ ਲਓ ਇਹ ਮੇਰੇ ਤੇ ਛੱਡ ਦਿਓ ਬਸ ਬਸ ਠੀਕ ਹੈ ਫਿਰ ਕਰਕੇ ਰਹਿ ਤਿਆਰੀਆਂ ਜੇ ਹੁਣ ਆਵੇ ਨਾ ਦੁੱਧ ਲੱਸੀ ਚੰਗੀ ਤਰ੍ਹਾਂ ਪਾ ਦਿਆ ਕਰ ਉਹਨਾਂ ਨੂੰ ਠੀਕ ਹੈ ਠੀਕ ਹੈ ਲੈ ਆ ਗਈ ਹੰਸਾ ਦੀ ਜੋੜੀ ਨਾਲੇ ਇੰਨੇ ਲੇਟ ਕਿਉਂ ਹੋ ਗਏ ਕੀ ਕਰਨ ਲੱਗ ਗਏ ਸੀ ਤੈਨੂੰ ਪਤਾ ਕਾਲੇ ਅਸੀਂ ਮੱਝਾਂ ਦਾ ਕੰਮ ਮਸਾ ਕੀਤਾ
ਆਪਾਂ ਵੀ ਰਾਤ ਯਾਰ ਦੋਸਤ ਮਿਲ ਗਏ ਸੀ ਜ਼ਿਆਦਾ ਪੀ ਲਈ ਥੋੜ੍ਹੀ ਜਿਹੀ ਤਾਂ ਉੱਠਿਆ ਜਾਂ ਨਹੀਂ ਗਿਆ ਸਵੇਰੇ ਚੱਲ ਕੋਈ ਨਾ ਅੱਗੇ ਤੋਂ ਧਿਆਨ ਰੱਖਿਆ ਕਰ ਹਾਂਜੀ ਦੋਨੋਂ ਚੱਕੀ ਫਿਰਦੀ ਹੈ ਕੀ ਚਾਹੀਦਾ ਲੱਸੀ ਚਾਹੀਦੀ ਸੀ ਮੈਨੂੰ ਤਾਂ ਓਹੋ ਲੱਸੀ ਕਹਿੰਦੇ ਤਾਂ ਮੈਂ ਮੱਖਣੀ ਪਾ ਕੇ ਦਊਂਗੀ ਨਾਲੇ ਤੂੰ ਮੇਰੀ ਗੱਲ ਸੁਣ ਆਪਣੀ ਸਿਹਤ ਦਾ ਨਾ ਧਿਆਨ ਰੱਖਿਆ ਕਰ ਜੇ ਤੂੰ ਆਪਣਾ ਧਿਆਨ ਰੱਖੇਂਗੀ ਤਾਂ ਹੀ ਬੱਚੇ ਦੀ ਸਿਹਤ ਚੰਗੀ ਰਹੂਗੀ ਓਹੋ ਤੁਸੀਂ ਸਾਡੇ 'ਤੇ ਅਹਿਸਾਨ ਕਾਹਤੋਂ ਕਰੀ ਜਾਂਦੇ ਹੋ ਲੈ ਦੱਸ ਇਹਦੇ ਵਿੱਚ ਅਹਿਸਾਨ ਵਾਲੀ ਕੀ ਗੱਲ ਆ ਜਿੱਡਾ ਵੱਡਾ ਅਹਿਸਾਨ ਤੁਸੀਂ ਸਾਡੇ 'ਤੇ ਕੀਤਾ ਨਾ ਅਸੀਂ ਤਾਂ ਉਹਦੇ ਕੁਝ ਵੀ ਨਹੀਂ ਕਰ ਰਹੇ ਕੋਈ ਨਾ ਭਾਬੀ ਤੁਸੀਂ ਲੱਸੀ ਪਾ ਦਿਓ ਫਿਰ ਅਸੀਂ ਚੱਲੀਏ ਫਿਰ ਵੀ ਨਾ ਕਿਸੇ ਵੀ ਚੀਜ਼ ਦੀ ਲੋੜ ਹੋਇਆ ਕਰੂਗੀ ਨਾ ਵਿੱਕੀ ਨੂੰ ਕਹਿ ਦਿਆ ਕਰ ਉਹ ਤੈਨੂੰ ਲਿਆ ਦਿਆ ਕਰੂਗਾ ਠੀਕ ਆ ਨਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਨਾਲੇ ਮੈਂ ਹੈਗੀ ਹਾਂ ਤੇਰੇ ਨਾਲ ਠੀਕ ਹੈ ਜੀ ਚੱਲ ਠੀਕ ਹੈ ਮੈਂ ਹੁਣੇ ਲੱਸੀ ਪਾ ਕੇ ਲੈ ਕੇ ਆਈ ਇਹਨੇ ਕੀ ਬੱਚਾ ਬੱਚਾ ਲਾ ਰੱਖੀ ਹੈ ਜੇਤੋਂ ਨੇ ਮੇਰੇ ਨਾਲ ਤਾਂ ਕੋਈ ਗੱਲ ਕਰੀ ਨਹੀਂ ਗੱਲ ਕੀ ਹੈ ਭਾਬੀ ਆ ਜਾਓ ਆ ਲੈ ਜੀਤੋ ਲੱਸੀ ਨਾਲੇ ਹਾਂ ਜਾਂਦੇ ਜਾਂਦੇ ਨਾ ਸਾਰਾ ਕੰਮ ਨਿਬੇੜ ਜਿਓ ਬਾਹਰਲੇ ਘਰ ਦਾ ਹਾਂਜੀ ਹਾਂਜੀ ਮੈਂ ਸਾਰਾ ਕੰਮ ਨਿਬੇੜ ਕੇ ਜਾਊਂਗਾ ਠੀਕ ਹੈ ਭਾਬੀ ਠੀਕ ਆ ਧਿਆਨ ਰੱਖੀ ਆਪਣਾ ਠੀਕ ਹੈ ਜੀ ਗੱਲ ਸੁਣ ਮੈਂ ਭਾਬੀ ਨੇ ਕੀ ਬੱਚਾ ਬੱਚਾ ਲਾ ਰੱਖੀ ਸੀ ਓਹੋ ਤੁਸੀਂ ਤਾਂ ਇਹ ਟੈਨਸ਼ਨ ਲਈ ਜਾਂਦੇ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਮੈਨੂੰ ਤਾਂ ਦੱਸ ਦਿਆ ਕਰ ਕੀ ਗੱਲ ਹੈ ਸਭ ਸਮਝਦਾ ਮੈਂ ਕੀ ਚੱਲ ਰਿਹਾ ਤੁਹਾਡੇ 'ਚ ਤੁਸੀਂ ਤਾਂ ਐਂ ਬੋਲੀ ਨਾ ਕੋਈ ਗੱਲ ਹੀ ਨਹੀਂ ਹੈਗੀ ਚੱਲ ਕੋਈ ਨਹੀਂ ਮੈਨੂੰ ਤਾਂ ਕੰਮ ਨਿਬੇੜਿਆ ਮੈਂ ਤੇਰੇ ਨਾਲ ਤਾਂ ਘਰੇ ਆ ਕੇ ਕਰਦਾ ਗੱਲ ਮੈਂ ਹਾਂਜੀ ਪਵਾ ਲਈ ਲੱਸੀ ਫਿਰ ਲੱਸੀ ਤਾਂ ਮੈਂ ਪਵਾ ਲਈ ਮੈਨੂੰ ਇਹ ਗੱਲ ਦੱਸੋ ਤੁਸੀਂ ਆਪਦੀ ਘਰ ਵਾਲੀ ਨੇ ਕੀ ਕੰਨ ਭੰਨ ਰੱਖੇ ਨੇ ਕਿਉਂ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਇਹ ਗੱਲ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਕਿਹਾ ਉਹਨੂੰ ਵੀ ਮੈਂ ਆਪਦਾ ਬੱਚਾ ਤੁਹਾਨੂੰ ਦੇਣ ਲੱਗੀ ਹਾਂ ਮੇਰੀ ਗੱਲ ਤਾਂ ਸੁਣ ਯਾਰ ਅਜੀਤੋ ਤਾਂ ਗੱਲ ਇਹ ਸੀ ਉਹਨੂੰ ਆਪਣੇ ਬਾਰੇ ਪਤਾ ਲੱਗ ਰਿਹਾ ਮੈਂ ਕਿ ਗੱਲ ਟਾਲੀ ਹੈ ਹੋਰ ਤੈਨੂੰ ਕੁਛ ਨਹੀਂ ਕਹਿਣ ਲੱਗੀ ਬਸ ਰਹਿਣ ਦਿਓ ਮੈਨੂੰ ਸਾਰਾ ਕੁਛ ਪਤਾ ਇਹ ਭੁਲੇਖਾ ਨਾ ਤੁਸੀਂ ਦਿਮਾਗ 'ਚੋਂ ਕੱਢ ਦਿਓ ਕਿ ਮੈਂ ਆਪਣਾ ਬੱਚਾ ਤੁਹਾਨੂੰ ਦੇਵਾਂਗੀ ਜਰਜੀਤੋ ਤੂੰ ਕਿਹੋ ਜਿਹੀਆਂ ਗੱਲਾਂ ਕਰੀਆਂ ਨਹੀਂ ਹੈ ਜੇ ਬੱਚਾ ਇਹ ਮੇਰਾ ਠੀਕ ਹੈ ਤੇ ਹਾਂ ਮੈਂ ਉਹ ਗੱਲ ਮੌਕੇ 'ਤੇ ਟਾਲਣ ਵਾਸਤੇ ਕਹਿਤੀ ਤਾਂ ਕੋਈ ਗੱਲ ਨਹੀਂ 9 ਮਹੀਨੇ ਔਰਤ ਕਿਵੇਂ ਢਿੱਡ 'ਚ ਰੱਖਦੀ ਹੈ ਬੱਚਾ ਇਹ ਸਿਰਫ ਇੱਕ ਔਰਤ ਹੀ ਸਮਝ ਸਕਦੀ ਹੈ ਦਰਦ ਉਹ ਚੱਲ ਕੋਈ ਨਹੀਂ ਇਹ ਗੱਲਾਂ ਛੱਡ ਤੂੰ ਹੁਣ ਤੈਨੂੰ ਇਹ ਕਿਹਾ ਉਹਨੇ ਕੁਛ ਕਾਲੇ ਨੂੰ ਤਾਂ ਨਹੀਂ ਕੁਛ ਬੋਲੀ ਕਾਲੇ ਦੇ ਸਾਹਮਣੇ ਗੱਲਾਂ ਕਰੀਆਂ ਨੇ ਉਹ ਬਾਹਰਲੇ ਖੇਤ 'ਚ ਗਿਆ ਹੁਣ ਮੈਨੂੰ ਨਹੀਂ ਪਤਾ ਕੀ ਕੁਛ ਬੋਲੂਗਾ ਮੈਨੂੰ ਜਾ ਕੇ ਸਾਂਭ ਲਓ ਗੱਲ ਇਹ ਤਾਂ ਪਹਿਲਾਂ ਵਿਗੜੇ ਗੱਲ ਮੈਂ ਆਪੀ ਸਾਂਭ ਲਓ ਤੂੰ ਟੈਨਸ਼ਨ ਨਾ ਲੈ ਤੂੰ ਜਾ ਘਰ ਨੂੰ ਜਾ ਮੇਰੀ ਗੱਲ ਸੁਣੋ ਆ ਬੱਚਾ ਨਾ ਤੁਹਾਨੂੰ ਨਹੀਂ ਦੇਣ ਲੱਗੀ ਮੈਂ ਜੇ ਤੁਹਾਡੇ ਕੋਲ ਪੈਸਾ ਹੈ ਨਾ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰੀ ਚੀਜ਼ਾਂ ਖਰੀਦ ਸਕਦੇ ਹੋ ਉਹ ਜੀਤੋ ਯਾਰ ਮੈਂ ਤੇਰੇ ਤੋਂ ਬਾਹਰ ਹਾਂ ਜੇ ਉਹਨੂੰ ਗੱਲ ਨਹੀਂ ਵੀ ਪਤਾ ਲੱਗੀ ਨਾ ਮੈਂ ਦੱਸ ਦਾਂਗੀ ਸਮਝ ਆ ਗਈ ਨਾ ਤੈਨੂੰ ਕੁਛ ਕਰਨ ਦੀ ਲੋੜ ਨਹੀਂ ਮੈਂ ਸਾਹਮਣੇ ਆਪੀ ਟੱਠੇ ਖੂਹ 'ਚ ਜਾਣ ਜੀਤੋ ਨਾਲੇ ਸਰਦਾਰ ਮੈਂ ਤਾਂ ਸਾਲੇ ਨੂੰ ਕੱਲ੍ਹ ਨੂੰ ਕੰਮ ਤੋਂ ਜਵਾਬ ਦੇ ਕੇ ਜਾਊਂ ਆਪਣੀ ਬੇਇੱਜ਼ਤੀ ਕਰਾਉਣੀ ਹੋਰ ਉਹ ਕਾਲਿਆ ਕੀ ਗੱਲ ਓਏ ਮੈਂ ਕੰਜਰ ਦਾ ਤੈਨੂੰ ਦੋਏ ਘਰਾਂ 'ਚ ਦੇਖਦਾ ਫਿਰਦਾ ਮੈਂ ਇਕੱਠੇ ਪੈਗ ਲਾਵਾਂਗੇ ਤੂੰ ਅੱਜ ਇਕੱਲੇ ਹੀ ਬਹਿ ਗਿਆ ਖੇਤ ਜਾਣਾ ਨਹੀਂ ਘਰੇ ਰਹਿਣ ਦੇ ਸਰਦਾਰਾ ਐਵੇਂ ਮਿੱਠੀਆਂ ਹੀ ਆ ਨਾ ਮਾਰ ਸਭ ਜਾਣਦਾ ਮੈਂ ਉਹ ਕਾਲੇ ਹੋਇਆ ਕੀ ਓਏ ਗੱਲ ਦੱਸ ਗੱਲ ਤਾਂ ਤੈਨੂੰ ਪਤਾ ਹੀ ਹੈ ਬਾਈ ਸਾਰੀ ਨਾ ਜਦੋਂ ਅੱਜ ਮੈਂ ਅਤੇ ਜੀਤੋ ਘਰੇ ਲੱਸੀ ਲੈਣ ਆਏ ਸੀ ਉਦੋਂ ਕੀ ਭਕਾਈ ਮਰੀ ਜਾਂਦੇ ਸੀ ਤੁਸੀਂ ਕੀ ਬੱਚਾ ਨਿਆਣਾ ਉਹ ਕੰਜਰ ਦਾ ਠੰਡਾ ਹੋ ਉਹ ਗੱਲ 'ਤੇ ਗੁੱਸਾ ਕਰੀ ਬੈਠਾ ਓਏ ਉਹ ਤਾਂ ਮੈਂ ਸਰਦਾਰਨੀ ਨੂੰ ਇੱਕ ਲਾਰਾ ਲਾਇਆ ਸੀਗਾ ਮੈਨੂੰ ਨਾ ਅਸਲ ਦੇ ਵਿੱਚ ਤੇਰੇ ਘਰ ਨਾਲ ਬਾਹਲੀ ਹਮਦਰਦੀ ਹੈ ਜੀਤੋ ਵਿਚਾਰੀ ਦੱਸਦੀ ਤੀ ਮੈਨੂੰ ਕਹਿੰਦੀ ਸਰਦਾਰਾ ਰੱਬ ਨੇ ਸਾਡੀ ਸੁਣ ਲਈ ਮੇਰੇ ਕੋਈ ਨਿੱਕਾ ਨਿਆਣਾ ਹੋਣ ਵਾਲਾ ਨਿਆਣਾ ਹੋਣ ਵਾਲਾ ਹੋਰ ਕੀ ਤੇਰੇ ਨਾਲ ਗੱਲ ਨਹੀਂ ਹੋਈ ਮੈਨੂੰ ਤਾਂ ਦੱਸਿਆ ਵੀ ਨਹੀਂ ਜੀਤੋ ਨੇ ਉਹ ਕਮਲੀ ਹੈ ਉਹ ਕਹਿੰਦੀ ਮੈਂ ਇਸ ਗੱਲ ਦੀ ਭਾਫ਼ ਨਹੀਂ ਕੱਢਦੀ ਕਿਸੇ ਲਵੇ ਕਿਤੇ ਲੋਕਾਂ ਦਾ ਦੰਦ ਕਲਾ ਪੈ ਜਾਵੇ ਸਾਡੇ 'ਤੇ ਮਸਾਂ ਤੱਕ ਸਾਡੀ ਰੱਬ ਨੇ ਸੁਣੀ ਹੈ ਅਤੇ ਮੈਂ ਵੀ ਉਹਨੂੰ ਕਹਿਤਾ ਭਾਈ ਮੈਂ ਕਿਹਾ ਇਹ ਗੱਲ ਦਾ ਤੇਰਾ ਮੈਂ ਪੜਦਾ ਹੀ ਰੱਖੂੰਗਾ ਸਰਦਾਰਨੀ ਨੂੰ ਮੈਂ ਤਾਂ ਕਹਿਤਾ ਸੀਗਾ ਵੀ ਇਹ ਜਵਾਕ ਆਪਾਂ ਨੂੰ ਗੋਦ ਦੇਣਗੇ ਮੈਂ ਕਿਹਾ ਉਹਨੂੰ ਚੱਜ ਨਾਲ ਖਾਣ ਪੀਣ ਨੂੰ ਦੇ ਦਿਆ ਕਰੂਗੀ ਸੱਚ ਬੋਲਦਾ ਸਰਦਾਰਾ ਅਤੇ ਹੋਰ ਕੀ ਯਾਰ ਮੈਂ ਤੇਰਾ ਮਾੜਾ ਸੋਚੂੰ ਉਹ ਕੰਜਰਾ ਦਿਨ ਰਾਤ ਦੇ ਸਾਂਝੀ ਆਪਾਂ ਇਕੱਠੇ ਆਪਾਂ ਕੰਮ ਕਰਦੇ ਹਾਂ ਉਰੇ ਇਕੱਠੇ ਖਾਂਦੇ ਪੀਂਦੇ ਹਾਂ ਲੈ ਪਰ ਅੱਜ ਤਾਂ ਤੂੰ ਯਾਰੀ ਤੋੜ ਗਿਆ ਕੱਲੀ ਲੱਗ ਰਿਹਾ ਪੈਗ ਲਾਉਣ ਬਾਈ ਮਾਫ਼ ਕਰੀ ਮੈਂ ਗਲਤ ਫਹਿਮੀ 'ਚ ਵੱਗ ਗਿਆ ਸੀ ਬਾਈ ਯਾਰ ਕੋਈ ਨਹੀਂ ਹੋ ਜਾਂਦੇ ਨੇ ਵੱਡਿਆਂ ਵੱਡਿਆਂ ਤਾਂ ਹੋਣੇ ਗਲਤੀਆਂ ਹੁਣ ਇਕੱਲੇ ਹੀ ਪੈਗ ਲਾਈਆਂ ਹੈਗਾ ਜਾਂ ਮੇਰੇ ਵਾਸਤੇ ਵੀ ਲਿਆ ਗਲਾਸ ਲਿਆਉਣਾ ਬਾਈ ਤੇਰਾ ਪੈਗ ਬਣਾਉਣਾ ਉਹਦੇ ਨੂੰ ਮੈਂ ਹਾਂ ਠੀਕ ਹੈ ਠੀਕ ਹੈ ਚੰਗਾ ਯਾਰ
कोई पता नहीं कदों मेरे ते डंग मार जे इहदा ते कम काम आ जे किथे है ग्लास ले भी खा लिया समझ लै तेरे नाल ना अज लास्ट ही पग ओ की करन लगा ते मारियां ना ओ सरदारा ग्लास ही मसा लभया आ भाई कानू लभदा ग्लास होना आ ले तेरा तो मैं अपने हाथी बनाता पेगा अच्छा भाई सच्ची माफ कर दी यार मैं बहुत गलत सोच बैठा ओए कोई गल ही नहीं मका आ पैग तो बाहर ना तेन माफी मंगने की लोड़ नहीं तेन आप ही पता लग जू मैं तेरा कितना चंगा सोचना अच्छा भाई ला के ना पैगला मैं भी लाना आपका मैं भी हूं तो चज ना ही पाला पेगा सरदारा पाला पाला मोटा जा पाला ओ की हो गया ओ कंदर ना मेनू दा पैग ला लन बे सरदारा ओ की बात हो क्यों क्यों सरदार नाल पंगे लेण दा नतीजा औकात भुल गया आपदी तेनू पता नहीं मेरे टुकड़े ते पालने वाला बंदा है तू ते मेरी बराबरी करेगा ओए गल सुन ले ओए मरता है मर जा किसी नू कोई खबर तक नहीं होनी जीतो मेरी सी ते मेरी ही रहूगी ते वो जवाक ते भी मेरी हक रहूगा कोई गल नहीं मैं जल्दी जल्दी समान समेटा जेड़ा ये लगे भी इत्थे तां कोई आई नहीं पता नहीं लग जाए किसी मोटर बेशक मेरी है पर मैं तो यही कहना लोगों जाके भी मैं तो रात खेत गई नहीं दूजा गिलास जा किधर मर गया चल कुछ नहीं पता लगता नमाई है थोनू माड़ा काम करता कोई किमें लग रहे तड़ाउण ओहो जी तुसी की करी जाने हो रोटी खा लेंदे ओ रोटी खाऊंगा यार मैनू अज ये लाल चुगवा धुप वधिया निकली मैं सनवा दा ਤੁਸੀਂ ਮੈਂ ਸੁਣਵਾ ਰਹੇ ਹੋ ਉਹ ਦੋਵੇਂ ਜਾਣੇ ਆਏ ਨਹੀਂ ਹੈਗੇ ਜੇ ਆਪ ਹੀ ਕੰਮ ਕਰਨਾ ਉਹਨਾਂ ਦਾ ਕੀ ਫਾਇਦਾ ਹੈਗਾ ਕਿਉਂ ਉਹ ਕੰਮ ਕਰਨ ਘਰੇ ਵੀ ਨਹੀਂ ਆਈ ਨਾ ਜੀਤੋ ਵੀ ਨਹੀਂ ਆਈ ਉਧਰ ਮੈਂ ਤਾਂ ਇੱਥੇ ਦੇਖਣ ਆਈ ਸੀਗੀ ਵੀ ਸ਼ਾਇਦ ਇੱਧਰ ਕੰਮ ਕਰਦੀ ਹੋਵੇ ਉਹ ਸ਼ਰਮ ਲਾ ਰਹੀ ਹੈ ਲੋਕਾਂ ਨੇ ਪੈਸੇ ਤਾਂ ਚਾਹੀਦੇ ਇਹਨਾਂ ਨੂੰ ਮੂੰਹ ਮੰਗੇ ਕੰਮ ਵਾਰੀ ਇਹਨਾਂ ਦੀ ਜਾਨ ਨਿਕਲਦੀ ਹੈ ਵੀ ਭਲਾ ਕਾਲੇ ਦਾ ਸ਼ਰਮ ਲਾ ਰੱਖੀ ਹੈ ਉਹਦਾ ਨਹੀਂ 10 ਵਜੇ ਤੱਕ ਨਾ ਖੇਤ ਆਵੇ ਨਾ ਘਰੇ ਆ ਕੇ ਡੰਗਰ ਸਾਹਮਣੇ ਇਹ ਤਾਂ ਟਾਈਮ ਨਾਲ ਆ ਜਾ ਕਰੇ ਜੀਤੋ ਤਾਂ ਉਹੀ ਤਾਂ ਗੱਲ ਹੈ ਚੱਲ ਕੋਈ ਨਹੀਂ ਦੇਖਦਾ ਮੈਂ ਆ ਗਈ ਜੀਤੋ ਤੂੰ ਮੜਾ ਟਾਈਮ ਨਾਲ ਆ ਜਾ ਕਰ ਭਾਈ ਕੰਮ ਤੇ ਨਾਲੇ ਉਹਨੂੰ ਕਾਲੇ ਨੂੰ ਮੜਾ ਕਹਿ ਕੇ ਤੋਰਦਾ ਕਰ ਵੀ ਸੁਨੇਹਾ ਜਾ ਅਗਲੇ ਹੁਣ ਜੇ ਕੰਮ ਤੇ ਰੱਖਿਆ ਤਾਂ ਮਤਲਬ ਇਹ ਥੋੜੀ ਆ ਵੀ 11-11 ਵਜੇ ਆ ਕੇ ਵੜਿਆ ਕਰੂ ਕਾਲਾ ਤਾਂ ਖੇਤੋਂ ਮੁੜਿਆ ਹੀ ਨਹੀਂ ਰਾਤ ਘਰੇ ਮੈਂ ਤਾਂ ਤੁਹਾਨੂੰ ਆਪ ਹੀ ਪੁੱਛਣ ਆਈ ਸੀ ਜੇ ਦਿਨੇ ਤੁਸੀਂ ਕੰਮ ਕਰ ਕਰਵਾ ਲੈਂਦੇ ਉਸ ਤੋਂ ਕਮ ਸੇ ਕਮ ਰਾਤ ਨੂੰ ਤਾਂ ਘਰੇ ਭੇਜ ਦਿਆ ਕਰੋ ਮੈਂ ਤਾਂ ਉਡੀਕ ਉਡੀਕ ਕੇ ਥੱਕ ਗਈ ਉਹਨੂੰ ਰਾਤ ਮੈਂ ਕਹਿੰਦਾ ਕਮਾਲ ਹੋਈ ਪਈ ਹੈ ਤੁਹਾਡੇ ਕਨਿਓ ਖੇਤ ਐਡਾ ਕਿੱਡਾ ਕੁ ਕੰਮ ਹੈ ਕੱਲ ਹੱਥਣੇ ਉਹਨੂੰ ਮੈਂ ਚੰਗੇ ਭਲੇ ਨੂੰ ਕਿਹਾ 4 ਵਜੇ ਮੈਂ ਖੇਤ ਗਿਆ ਸੀ ਮੈਂ ਭਾਈ ਕੋਈ ਕੰਮ ਨਹੀਂ ਟਾਈਮ ਨਾਲ ਘਰੇ ਜਾਈ ਹੁਣ ਮੈਨੂੰ ਕੀ ਪਤਾ ਕਿਉਂ ਨਹੀਂ ਗਿਆ ਤੇਰੇ ਨਾਲ ਲੜ ਲੜ ਕੇ ਤਾਂ ਗਿਆ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋਈ ਜਦੋਂ ਦੇ ਹੱਥਣੇ ਤੁਹਾਡੇ ਕੋਲ ਖੇਤ 'ਚ ਸੀਗਾ ਹੁਣ ਉੱਥੇ ਹੀ ਬੈਠਾ ਹੋਣਾ ਚੈੱਕ ਕਰ ਲਓ ਤੁਸੀਂ ਚੱਲ ਕੋਈ ਨਹੀਂ ਤੂੰ ਭਾਈ ਕੱਲ੍ਹ ਤੋਂ ਆ ਕੇ ਨਾ ਟਾਈਮ ਨਾਲ ਝਾੜੂ ਪੋਚਾ ਕਰਵਾ ਦਿਆ ਕਰ ਇਹਦੇ ਨਾਲ ਤੂੰ ਨਾ ਇਹ ਚੱਕਰਾਂ 'ਚ ਪੈ ਮੈਂ ਕੋਈ ਨਾ ਤਾਂ ਦੇਖ ਲੂੰਗਾ ਖੇਤੋਂ ਚੱਲ ਆ ਜਾ ਜੀਤੋ ਸਾਰਾ ਕੰਮ ਪਿਆ ਉੱਧਰ ਇੱਕ ਮਿੰਟਾ ਫੋਨ ਆ ਗਿਆ ਮੈਂ ਕਹਿੰਦਾ ਕਾਲੇ ਵਰਗੇ ਦੀ ਨਾ ਹੋਵੇ ਹਾਂ ਕਾਲੇ ਸੰਗਤ ਪਰ ਦਾ ਕਾਲੇ ਦਾ ਨੰਬਰ ਹੈ ਕੀ ਹੋ ਗਿਆ ਉਹ ਕੰਜਰ ਦਾ ਤਾਂ ਜਮੀ ਕਰ ਗਿਆ ਕੰਮ ਚੱਲ ਕੋਈ ਨਹੀਂ ਆ ਗਏ ਅਸੀਂ ਕੀ ਗੱਲ ਹੋ ਗਈ ਓਏ ਉਹ ਤਾਂ ਪੱਟ ਗਿਆ ਓਏ ਆਪਾਂ ਨੂੰ ਜਮੀ ਓਹੋ ਸਪਰੇ ਪੀ ਗਿਆ ਕੰਜਰ ਦਾ ਸਾਡੀ ਮੋਟਰ ਤੇ ਹਾਏ ਮੈਂ ਮਰ ਜਾ ਚਲ ਆ ਜਾ ਮੜਾ ਛੇਤੀ ਬਖ ਚਲੋ ਉੱਥੇ 10 ਹੱਦ ਹੋ ਗਈ ਏ ਮੁੰਡੇ ਦੀ ਵੀ ਹੋਰ ਇਹਦਾ ਕੀ ਕਰੀਏ ਇਹਦਾ ਪੰਗਾ ਛੇੜਤਾ ਨਹੀਂ ਤੈ ਕਦੋਂ ਦੇਖਿਆ ਸੰਗਤ ਭਾਈ ਮੈਂ ਤਾਂ ਨਾ ਹੁਣ ਆਇਆ ਸੀਗਾ ਤੜਕੇ ਕਹੀ ਲੈਣ ਆਇਆ ਸੀਗਾ ਉਹ ਪਿਆ ਮੋਟਰ ਤੇ ਦੇਖ ਲਾ ਓਹੋ ਆਕੜਾ ਪਿਆ ਮੈਂ ਤਾਂ ਰਾਤ ਦੇ ਕੰਮ ਹੋ ਰਿਹਾ ਤਾਂ ਉਹ ਸੱਚੀ ਉਹੀ ਕੰਮ ਕਰ ਗਿਆ ਓਏ ਅੱਜ ਝੱਗ ਨਿਕਲੇ ਪਿਆ ਮੁਸ਼ਕ ਮਾਰੀ ਜਾਂਦੀ ਆ ਕਾਲੇ ਕਾਲੇ ਉੱਠ ਕਾਲੇ ਤੂੰ ਐਵੇਂ ਛੱਡ ਕੇ ਨਹੀਂ ਜਾ ਸਕਦਾ ਮੈਂ ਉਹ ਕੀ ਕਰਾਂਗਾ ਓਏ ਸੀਰੀ ਰਲਾ ਕੇ ਕਾਲੇ
ਕੰਜਰ ਦਾ ਸਾਨੂੰ ਤਾਂ ਪੱਟ ਗਿਆ ਨਾ। ਤੂੰ ਐ ਕਰ ਸੰਗਤ, ਹਾਂ ਬਾਈ, ਵੀਰ ਬਣ ਕੇ ਡਰਾਈਵਰਾਂ ਨੂੰ ਕਰ ਫੋਨ, ਲੱਕੜਾਂ ਲੁੱਕੜਾਂ ਦਾ ਕਰੋ ਇੰਤਜ਼ਾਮ, ਲੈ ਕੇ ਚੱਲੋ। ਜੇ ਪੁਲਿਸ ਕੇਸ ਬਣ ਗਿਆ ਔਖਾ ਹੋ ਜਾਊ ਆਪਾਂ ਨੂੰ। ਮੈਂ ਕਰਦਾ ਬਾਈ, ਤੂੰ ਐ ਕਰ ਸਿਮਰ, ਇਹਨੂੰ ਲੈ ਕੇ ਚੱਲ ਮੜ ਜਾ ਜਿੱਤੋ। ਸੈਣੀ ਬਣ, ਸੈਣੀ ਬਣ ਜਿੱਤੋ। ਤੂੰ ਖੜੀ ਹੋ ਜਿੱਤੋ, ਕੋਈ ਨੀ, ਉਹ ਘਰੀ ਲੈ ਕੇ ਚੱਲਦੇ, ਇਹਨੂੰ ਘਰੀ ਲੈ ਕੇ ਚੱਲਦੇ। ਤੂੰ ਚੱਲ ਚਾਚਾ, ਹਾਂ ਕਰ ਚਾਚਾ ਯਾਰ। ਉਹ ਕੰਜਰ ਦਾ ਇਹੋ ਜਿਹਾ ਕੀ ਹੋ ਗਿਆ ਹੋਵੇ ਤੈਨੂੰ? ਉਹ ਮੈਂ ਤਾਂ ਕਦੇ ਤੇਥੋਂ ਕੁਛ ਨੀ ਲਿਖੋ ਕੇ ਰੱਖਿਆ ਸੀ, ਬਥੇਰਾ ਤੈਨੂੰ ਪੈਸਿਆਂ ਦਾ ਸਹਾਰਾ ਲਵਾਉਂਦਾ ਸੀ। ਓਹੋ ਠੀਕ ਹੈ, ਜਲਦੀ ਕਰ ਜਾਂਗਾ, ਕਰਤਾ ਵੀ ਫੋਨ ਤਾਂ। ਚੱਲ ਕੋਈ ਨੀ, ਫਿਰ ਐਂ ਕਰ ਵੀਰ ਬਣ ਕੇ ਆ ਜਾ ਇੱਕ, ਐਂ ਕਰ ਆਪਾਂ ਉਹਨੂੰ ਮੈਂਬਰ ਨੂੰ ਵੀ ਫੋਨ ਕਰਦੇ, ਕਿਤੇ ਕੋਈ ਪੁਲਿਸ ਪਲਸ ਵਾਲਾ ਆ ਗਿਆ ਨਾ। ਬਹੁਤ ਔਖਾ ਹਜ਼ੂਰ ਜੀਤੋ, ਹੋਇਆ ਤਾਂ ਤੇਰੇ ਨਾਲ ਬਹੁਤ ਮਾੜਾ ਆ। ਪਹਿਲਾਂ ਮੈਨੂੰ ਐਂ ਦੱਸ, ਤੁਹਾਡੇ 'ਚ ਕੋਈ ਲੜਾਈ ਹੋਈ ਸੀ? ਨਾ ਭਾਬੀ, ਸਾਡੇ 'ਚ ਤਾਂ ਕੋਈ ਲੜਾਈ ਨਹੀਂ ਹੋਈ, ਚੰਗਾ ਭਲਾ ਘਰੋਂ ਗਿਆ ਸੀ। ਪਰ ਲੋਕ ਤਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਪਏ ਨੇ ਵੀ ਕੋਈ ਨਾ ਕੋਈ ਤਾਂ ਵੱਡੀ ਗੱਲ ਹੋਈ ਆ, ਐਵੇਂ ਤਾਂ ਨਹੀਂ ਉਹਨੇ ਆਤਮ ਹੱਤਿਆ ਕਰ ਲਈ? ਭਾਬੀ, ਲੋਕਾਂ ਦੇ ਕਿਹੜਾ ਮੂੰਹ ਫੜੇ ਜਾਂਦੇ ਨੇ, ਮੈਨੂੰ ਪਤਾ ਆ ਮੇਰਾ ਘਰ ਵਾਲਾ ਗਿਆ ਕੀ ਸੀ ਮੇਰੇ ਲਈ, ਹੁਣ ਉਹ ਕਦੇ ਮੁੜ ਕੇ ਨਹੀਂ ਆਊਗਾ। ਚੱਲ ਜੀਤੋ, ਜੋ ਹੋ ਗਿਆ ਉਹਨੂੰ ਤਾਂ ਅਸੀਂ ਨਹੀਂ ਟਾਲ ਸਕੇ, ਪਰ ਹਮੇਸ਼ਾ ਅਸੀਂ ਤੇਰਾ ਸਾਥ ਦੇਵਾਂਗੇ। ਜਿੱਥੇ ਵੀ ਤੈਨੂੰ ਲੋੜ ਪਈ ਅਸੀਂ ਤੇਰੇ ਨਾਲ ਖੜਾਂਗੇ, ਅਸੀਂ ਵੀ ਤੇਰੇ ਆਪਣੇ ਹੀ ਹਾਂ। ਕਹਿੰਦੇ ਹੀ ਹੁੰਦੇ ਨੇ ਪਹਿਲਾਂ ਤਾਂ ਵੀ ਅਸੀਂ ਤੇਰੇ ਨਾਲ ਹਾਂ, ਜਦੋਂ ਔਖਾ ਟਾਈਮ ਆਉਂਦਾ ਨਾ ਉਦੋਂ ਸਾਰੇ ਪਾਸਾ ਵੱਟ ਲੈਂਦੇ ਨੇ, ਕੋਈ ਨਹੀਂ ਨਾਲ ਖੜਦਾ ਆ ਕੇ। ਕੋਈ ਨਾ ਜੀਤੋ, ਤੈਨੂੰ ਟਾਈਮ ਨਾਲ ਸਾਰਾ ਕੁਛ ਪਤਾ ਲੱਗ ਜਾਣਾ, ਤੂੰ ਫਿਕਰ ਨਾ ਕਰ। ਨਾਲੇ ਵੈਸੇ ਵੀ ਮੈਂ ਸਰਦਾਰ ਨਾਲ ਗੱਲ ਕਰੂੰਗੀ, ਤੈਨੂੰ ਕੁਝ ਪੈਸਿਆਂ ਦੇ ਹੀਲਾ ਕਰ ਦੇਣਗੇ, ਨਾਲੇ ਮੁੰਡਾ ਸਾਡੇ ਖੇਤ 'ਚ ਕੰਮ ਕਰਦਿਆਂ ਮੁੱਕਿਆ, ਤੈਨੂੰ 2-3 ਲੱਖ ਰੁਪਇਆ ਵੀ ਦੇ ਦੇਵਾਂਗੇ। ਚੱਲ ਇਹ ਤਾਂ ਬਹੁਤ ਵਧੀਆ ਗੱਲ ਹੈ ਭਾਬੀ, ਮੇਰੇ ਸਾਰੇ ਦੁੱਖ ਟੁੱਟ ਜਾਣਗੇ, ਤੂੰ ਤਾਂ ਮੇਰੇ ਲਈ ਦੇਵੀ ਬਣ ਕੇ ਆਈ ਆ। ਓਹੋ, ਕੋਈ ਨਾ ਜੀਤੋ, ਮੇਰੀ ਗੱਲ ਸੁਣ, ਨਾਲੇ ਤੂੰ ਨਾ ਐਵੇਂ ਟੈਨਸ਼ਨ ਨਾ ਲਿਆ ਕਰ, ਵੈਸੇ ਵੀ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ, ਨਾਲੇ ਆਪਣਾ ਨਾ ਧਿਆਨ ਰੱਖਿਆ ਕਰ। ਤੈਨੂੰ ਪਤਾ ਨਾ ਤੇਰੀ ਕੁੱਖ 'ਚ ਸਰਦਾਰਾਂ ਦਾ ਵਾਰਿਸ ਆ, ਅਤੇ ਉਹਨੂੰ ਇਹ ਸਮਝ ਕੇ ਕਦੇ ਭੁੱਲੀ ਨਾ, ਧਿਆਨ ਰੱਖ ਆਪਣਾ। ਹਾਂ ਹਾਂ, ਕੋਈ ਨਹੀਂ ਭਾਬੀ, ਵੈਸੇ ਵੀ ਇਸ ਹਾਲਤ 'ਚ ਮੇਰੇ ਤੋਂ ਬੱਚੇ ਦੀ ਪਾਲਣ ਪੋਸ਼ਣ ਤਾਂ ਹੋਣੀ ਨਹੀਂ, ਮੇਰਾ ਬੱਚਾ ਸੁੱਖ ਦੀ ਤਾਂ ਜ਼ਿੰਦਗੀ ਜੀਊਗਾ ਹੁਣ। ਬਸ ਜੀਤੋ, ਸਾਨੂੰ ਤੇਰਾ ਬੱਚਾ ਚਾਹੀਦਾ ਆ, ਤੂੰ ਆਪਣਾ ਧਿਆਨ ਰੱਖਿਆ ਕਰ। ਹਾਂ ਹਾਂ, ਕੋਈ ਗੱਲ ਨਹੀਂ ਭਾਬੀ, ਵੈਸੇ ਵੀ ਇਸ ਹਾਲਤ 'ਚ ਬੱਚੇ ਦੀ ਪਾਲਣ ਪੋਸ਼ਣ ਤਾਂ ਮੈਥੋਂ ਹੋਣੀ ਨਹੀਂ, ਕਮ ਸੇ ਕਮ ਮੇਰਾ ਬੱਚਾ ਸੁੱਖ ਦੀ ਤਾਂ ਜ਼ਿੰਦਗੀ ਜੀਊਗਾ। ਕੋਈ ਨਾ ਜੀਤੋ, ਤੂੰ ਐਵੇਂ ਨਾ ਫਿਕਰ ਕਰੀ, ਨਾਲੇ ਕੋਈ ਵੀ ਖਾਣ ਪੀਣ ਦੀ ਚੀਜ਼ ਹੋਈ ਨਾ ਅਸੀਂ ਹੈਗੇ ਹਾਂ ਤੇਰੇ ਨਾਲ ਖੜਨ ਵਾਲੇ, ਨਾਲੇ ਇਹ ਕਦੇ ਨਾ ਭੁੱਲੀ ਤੇਰੀ ਕੁੱਖ 'ਚ ਸਰਦਾਰਾਂ ਦਾ ਵਾਰਿਸ ਆ। ਸਮਝਣਾ ਕੀ ਹੈ ਜਦੋਂ ਹੈ ਹੀ ਸਰਦਾਰਾਂ ਦਾ ਵਾਰਿਸ ਆ। ਜੀਤੋ, ਕੀ ਮਤਲਬ ਤੇਰਾ, ਆ ਕੇ ਕੀ ਜਾਂਦੀ ਆ ਤੂੰ? ਓਹੋ, ਤੁਸੀਂ ਤਾਂ ਗੁੱਸਾ ਕਰ ਗਏ, ਮੈਂ ਤਾਂ ਐਵੇਂ ਕਹਿੰਦੀ ਸੀ, ਹੁਣ ਜੇ ਮੈਂ ਹੁਣ ਤੋਂ ਮੰਨ ਕੇ ਚੱਲਾਂਗੀ ਵੀ ਸਰਦਾਰਾਂ ਦਾ ਵਾਰਿਸ ਹੈ ਤਾਂ ਹੀ ਮੇਰੇ ਬੱਚੇ ਨਾਲ ਮੋਹ ਘਟੂਗਾ, ਦਿਲ 'ਤੇ ਪੱਥਰ ਰੱਖਣਾ ਕਿਹੜਾ ਸੌਖੀ ਗੱਲ ਆ। ਚੱਲ ਮੇਰੀ ਗੱਲ ਸੁਣ, ਹੁਣ ਸਮਝਦੀ ਹਾਂ ਮੈਂ ਤੈਨੂੰ, ਇਹ ਸਭ ਗੱਲਾਂ ਸੌਖੀਆਂ ਨਹੀਂ ਹੁੰਦੀਆਂ, ਪਰ ਹੁਣ ਤੂੰ ਕਿੰਨਾ ਕੁ ਟਾਈਮ ਟੁੱਟੇ ਜੇ ਘਰ ਵਿੱਚ ਰਹੇਂਗੀ, ਜਦ ਤੂੰ ਇੰਨਾ ਸਾਡੇ ਲਈ ਕਰੀ ਜਾਂਦੀ ਆ, ਸਾਡਾ ਵੀ ਹੱਕ ਬਣਦਾ ਵੀ ਅਸੀਂ ਤੇਰੇ ਬਾਰੇ ਸੋਚੀਏ। ਤੂੰ ਐਂ ਕਰੀ, ਸਾਡਾ ਸੜਕ ਵਾਲਾ ਘਰ ਆ ਉਹ ਵਿਹਲਾ ਪਿਆ ਆ, ਪਹਿਲਾਂ ਕਿਰਾਏ ਵਾਲੇ ਰਹਿੰਦੇ ਸੀ ਅਤੇ ਹੁਣ ਉੱਥੋਂ ਚਲੇ ਗਏ ਆ, ਉੱਥੇ ਸਾਰਾ ਲਾਈਟ ਦਾ ਪਾਣੀ ਦਾ ਸਾਰਾ ਪ੍ਰਬੰਧ ਆ, ਤੂੰ ਉੱਥੇ ਰਹਿ, ਕਿਸੇ ਵੀ ਚੀਜ਼ ਦੀ ਲੋੜ ਹੋਈ ਅਸੀਂ ਆਪੇ ਪੁੱਛਾ ਦਾਂਗੇ ਉੱਥੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਲੋ ਠੀਕ ਹੈ, ਹੁਣ ਮੈਂ ਚੱਲਦੀ ਹਾਂ। ਚੱਲ ਠੀਕ ਹੈ। ਇਹਦਾ ਸਾਲੇ ਦਾ ਕੜਾ ਬੜਾ ਲੋਟਾ ਆ, ਤੜਕੀ ਪੀ ਲੈਂਦਾ ਦਾਰੂ, ਆਥਣ ਤੱਕ ਕੰਜਰ ਦਾ ਮੁੱਕਣ ਹੀ ਨਹੀਂ ਦਿੰਦਾ। 4 ਕਿੱਲੇ ਤੀ, 19 ਕਿੱਲੇ ਬਣਾ ਲਏ ਕੰਜਰ ਦੇ ਨੇ। ਨਾਲੇ ਜੀਤੋ ਵਾਲਾ ਕੜਾ ਬੜਾ ਲੋਟਾ ਆ ਕੰਜਰ ਦੇ, ਜਿੱਦੇ ਕਾਲਾ ਮਰਿਆ ਉਹਦੇ ਇਸੇ ਕੋਲ ਸੀਗਾ। ਧੋ ਕੇ ਨਾ ਦੇਖੀ ਮਾੜਾ ਜਿਹਾ, ਰਿਕਾਰਡਿੰਗ ਤੋਂ ਲਾਉਣਾ। ਕੀ ਹਾਲ ਆ ਬਾਈ? ਹਾਂ ਠੀਕ ਹੈ ਬਾਈ। ਹੋਰ ਬਾਈਆ ਓਏ ਘਰੇ ਜਾਣ ਦੇ ਮੈਨੂੰ। ਕੋਈ ਨੀ ਸੈੱਟ ਹੀ ਆ। ਕਿੱਧਰ ਜਾ ਆ? ਬਸ ਖੇਤੀ ਮਾਰ ਕੇ ਗੇੜਾ ਆਪਣੇ ਵਾਲੇ। ਜੀਤੋ ਕਿਵੇਂ ਆ? ਜੀਤੋ ਦੀ ਕੱਟ ਫੁੱਲਾਂ 'ਤੇ ਹੈ, ਖੱਟੇ ਕੀ ਆ ਹੋਰ ਤੇਰੇ ਭਾਈ। ਜੀਤੋ ਦਾ ਤਾਂ ਬਾਹਲੇ ਟਾਈਮ ਦੀ ਅੱਖ ਤੀ ਮੇਰੀ। ਅੱਛਾ, ਉਹ ਮਰੀ ਪੱਟ ਕੇ ਅਤੇ ਨਾਲੇ ਯਾਰ ਜਿੱਦੇ
काले यार डेथ हुई है उधर तेरे नाल नहीं सी काला की हिसाब किताब होता काला भी मेरे नाल ही थी मारे भी मैं ही तही कंडा करता था ओ यार साडे च डिक्के जी लाई जांदा थी जीतो नु मैं मसा चार पैसे दे लालच दे के अपने वल दी करे अच्छा रनक हुंदा उधर वे जवाक भी होने वाला हो गया भी मेरे ही थी आखे जी मैं जवाक नहीं दिंदा सरदार होएगा अपने घरे होगा असी जताले होने मैं मेरे साले नु मोटर ते बिठा के दारू जी देती स्प्रे पाके सरदारा मुरे डिक्का बनता जी बनते जी कंडा कटना तो मर मैं पैसे कुत्ते किसी को पता भी नहीं लगे वड्डी गल तो यही होंगे ना वड्डे सरदार का काम जो लग भी जाता पैसा टका दे के सारे का पर कर दे हूँ मैं जान दे चल कोई गल नहीं कोई गल नहीं बाकी ख्याल रखे कर जीतों दाल सब्जी फड़ाया कर कोई गल नहीं सारा हूँ आइए दिता हूँ मेरी मुठ्ठी चा इनू तो नहीं साले हूँ मैं बख्शदा लै मुंडा रिकॉर्डिंग होगी पैसे लेने का बनते हैं तो सत श्री अकाल जी ओ की हो गया तेनू राह कतरो की ना मेरा जनाब थोड़ा राह रोके मरना सी बस जी छोटी जी जरूरी गल करनी थोड़े नाल जी बोलो गल ऐ है जी रात थोड़े वाला बड़ा भाई तो मैं इकट्ठे बैठे जी मोटर पर ते बाई ने खाधी पीती जी कुछ है जा वगता जिहड़ा मैं रिकॉर्ड कर लिया तो वगैया पता की है जी जिहड़ा जीतो दे जवाक होने वाला वो थोड़े बड़े भाई का ये तो सुन भी पता होगा पर बाई कर बैठा वो घर वाले का कातल वो सारा कुछ मैं आपके मोबाइल से रिकॉर्ड कर लिया चल मेरी गल सुन तू दस तेन किन्ने पैसे चाहिए रिकॉर्डिंग डिलीट कर दे हुणी मालको तुम बस 5 लाख का हल कर लो रिकॉर्डिंग तो आप हूँ ही डिलीट कर देने चल मेरी गल सुन ला रिकॉर्डिंग किसी को जानी नहीं चाहिए तो पैसे तेन मैं शाम को दिना मोटर से आ जी मैं करता पैसों का हल बस मोटर से डीक दिया जी 5 लाख बहुत होंगे कर भाई भाई क्यों रौला पाया की गल होगी अभी मैंने दस बाई कितने बाई तो जीतो के घर गया हुआ वा आंदा ही होना अभी बाई अपन सारे फसाऊगा जमा मरवा दूँ अपन मैं तेन गल दसती हैप्पी पागल हो गया तू की बकवास करी जाना मैनू भी उम्मीद नहीं थी भाभी बाई तो भी वह इन्ना कमीना बंदा निकलूगा क्यों पकाई मारी जाना तेन अकल तो हैगी है अपने बड़े वीरे बारे की बोली जाना भाभी मैं चंगी तरह पता मैं की बोली जाना पहले मेरी गल सुन ला सारी हाय रब्बा मैं तो कदे सोचा भी नहीं सी तेरा वीरा ये कुछ करूँ मेरे नाल चल भाभी हुण ये सब सोचने का टाइम नहीं है बाई नूं कह छेती 5 लाख का इंतजाम करे और जिहड़े बंदे नूं इस गल का पता ना जिन्हें मैंने सारी गल दसी आ वो उस तो पहले किसी होर नूं दसे उन्हूं पहले पैसे देने पैणगे पर 5 लाख रुपया एड्डी वड्डी रकम आ करना तो पऊगा भाभी नहीं सारे मारे जावांगे चल मैं 5 लाख का तो हीला कर दिंदी हाँ पर मैं कितने का कितने टेंशन होंगी हूँ मेरा की बनूगा उही तो मैं कहना भाभी जे कि जीतो ने बाई नाल ब्याह करवा लिया ना तो जमी पट्टी जाएगी तेनू पता सारा कुछ जमीन जायदाद तो तेरे वीरे दे नाम आ कितने उन्हें जीतो दे नाम करवाता फिर उही कहना भाभी उस तो पहला कर ला कुछ जे हुंदा तेरे तो चल मैं कर दिया हीला हाँ अभी तो आ गई अपनी गल ਸਾਂਤਾ ਤੈਨੂੰ ਮੈਂ ਕਰ ਦਿੰਦਾ ਜੀ ਤਾਂ ਵਿਆਹ ਵੀਰਾ ਲਿਆਇਆ ਚੱਲ ਹੁਣ ਮੇਰੀ ਵਾਰੀ ਆ ਚੱਲ ਕੱਪੜੇ ਵੀ ਧੋ ਭਾਬੀ ਸੰਗਤ ਤੂੰ ਆਦਾ ਆਦਾ ਲੰਘਿਆ ਅੱਜ ਤੇਰਾ ਦਿਲ ਕਿਵੇਂ ਕਰਿਆ ਆ ਭਾਬੀ ਕੋਲ ਗੇੜਾ ਮਾਰਨ ਦਾ ਜੀ ਦਾ ਭਾਬੀ ਮੇਰਾ ਉਹਦੇ ਦੀ ਕਰੀ ਜਾਂਦਾ ਜਿੱਦੇ ਦਾ ਕਾਲਾ ਬਾਈ ਗਿਆ ਗਾ ਮਹਾ ਭਾਬੀ ਨਾਲ ਬਹਿ ਕੇ ਦੁੱਖ ਸੁੱਖ ਸਾਂਝੇ ਕਰੀਏ ਮੇਰਾ ਜੀ ਤਾਂ ਐਂ ਵੀ ਕਰੀ ਜਾਂਦਾ ਵੀ ਭਾਬੀ ਦਾ ਸਹਾਰਾ ਬਣ ਜਾ ਸਹਾਰਾ ਬਣ ਜਾ की मतलब है तेरा वो मतलब तो आया भी बाई दी पग मैं ले ला की बकवास करी है ना तू तेनू पता भी है तू की बोल रहे हैं ओ चलो तो छड़ गल्ला पर तेरा किथे आंदा का मन मेरे ते तू तो हो सरदार दियां गल्लां ते डुल्ली फिरदी हां सरदार दियां गल्लां ते तेनू किने की कहता किने जिने कहेगा ना वो सामई बंदा गा नाले तेनू पता वाली भोली जी ना मन मेरे मूहरे है कि नहीं गल तेनू कोई ना गलत फहमी हुई है मेरी कोई गल नहीं हैगी ओ गलत फहमी कानू हुई है भाभी तेनू मैं सारी गल दसदा मैं भी हुण तां चज्जर वाली पाला पेगा सरदार पाला पाला मोटा जिहा पाला ओ की हो गया ओ कंजर दा मैनू दा पैग ला लैण दे
क्यों क्यों सरदार नाल पंगे लैण दा नतीजा ओहदा जवाक हुण ओहदे जवाक तो मैं की कराणा खुदा जवाक ही दा भाभी पैसों दा साधन बनूगा अपने 10 लाख मंगी आ जवाक नूं उहनां नूं देण दा पर कुछ नहीं तू हुण मेरे दिमाग ना चल नाले ओह इह जवाक दे पैसे देऊगा भी तैनूं पक्का पक्का भाभी देखी किते तू ना विक्की वांगू धोखा दे दी धोखा तो तां देना बणदी नहीं भाभी मैं तां नाले तैनूं पहलां ते पसंद करदा सी तू दस तू इह गल नूं सिरे लाउण वास्ते मेरा साथ देगी हाँ बिल्कुल पर उहनूं ना सज़ा मिलनी चाहिए है फिर मैं तेरा साथ दे सकती हाँ सज़ा तो उन्होंने सारे टब्बर नूं मिलनी है चल हुण मैं चलदा मैं फिर आना ठीक है ठीक है देख लो की चज करदा फिरदा आ प्यार करदा मैनू एक बच्चे पिछे उन्हें आ सब कुछ करया मेरे घर वाले नूं मारता कोई ना हुण इहनूं मैं दसदी हाँ पंगा किहदे नाल लिता वैसे गल तो हैप्पी जी सही आ कितना कितना मैनू भी लगता कि इन्हों का जीतो नाल कोई ना कोई चक्कर हैगा आ पर जे मैं सीधा पूछूंगी इन्हों ने मनना तो है नहीं पहला मैं ऐ करती हाँ किसी तरीके नाल ना इन्हों तो पैसे कढ़ा ला ओ की गल भगवान ने कलिए बोली जानी है की चल रहा है दिमाग च नाले इंज मूंह कदों करे बस कुछ नहीं जी मैं तो दुखी सी है कमली वो ये दिन तो खुशियां देने अपने कितने काले की तो टेंशन ले रखी काला मर गया कोई चक्कर नहीं तू ये सोच भी थोड़े टाइम च अपने विड़े च जवाक खेडे करूँगा नहीं जी गल कोई होर आ मैनू ना मेरे वीरे का फोन आया सी उन्होंने 5 लाख रुपए की लोड़ आ फिर जो दुखी होने वाली कि गल है यार 5 लाख अपने मूहे कि चीज़ है तू ए कर मैं हैप्पी नूं कहना जाके दे आऊगा चलो ठीक है जी फिर हुण तां मूंह सही कर लै हैप्पी ओए ओ हैप्पी हाँ भाई और ये गल सुन आ गया अच्छा मैं ना ये कहना तेनू मैं अड़ती उन्हें फोन करदा अच्छा वो तो 5 लाख रुपया फट के तेरी भरजाई दे पेके फटा के लोड होनी उन्हें ठीक है भाई फटाऊंगा कोई गल नहीं जा जा आया फिर है ना ठीक है चल आ जा नाले चाह पानी दी देख उठ करके हाँ जी मेरी गल तो सुनो हाँ? मैं बहुत जरूरी गल करनी एक और बैठे तुसी हाँ तुसी ना जीतू दा चेकअप करा के आंदा जीतो तो चेकअप कहते वास्ते कराने तुसी ना चेकअप करा के आओ मुंडा के कुड़ी अपन पहले ही पता लग जूगा ओ जो मर्जी होवे अपन दा जवाक चाहिदा जवाक नहीं अपन नु मुंडा ही चाहिदा जेड़ा जायदाद सांभ सके कुड़ी तो की लेना आपा यार मैं तो वैसे ही चक्करां च पैणा नहीं चाहुंदा सीगा चल जे तू कहनी है तेरे वास्ते ये भी करवाना जा ना फिर मैं लेके है ना तो देर ना करो हुणी जाओ कोई गल नहीं तू आदा मूड सेट कर ला जा चाह दी घुट प्यादे करके फिर जा ना आ जा हुण की सोची जानी है हाँ जी शर्म तो आई नहीं विक्की नूं आ सब कुछ करदे होए मेरी सारी जिंदगी बर्बाद करती इत्थों तक कि मेरे घर वाले नूं भी मारता कोई ना इहनूं बच्चा चाहीदा ना मेरे तो बच्चे दा मुल तां इहनूं चुकाउणा पऊगा देखदी हां किवें बच्चा लैंदा बदला तां मैं भी लेके हटांगी ओ बल्ले जी तो बथेरी सोहनी है तू की लोड़ है तेनू शीशे मूहरे खड़न दी आपदे आप तो सवाल कर दी कोई वो तो मैनू पता है जी मैं बहुत सोहनी है तुसी किवें आए सी ओ मैं ना सरदारनी तेरी अजकल बाली फिक्र कर दी है उन्हें भेजे थी मैनू आखे जाके जीतो तेरे टेस्ट करवा लै शहरों चल आप शहर चल तेरे टेस्ट करवा ओहो टेस्ट की की लोड़ है बच्चा तो ठीक है खाण पीन मैनू और सारा कुछ मिली जाता हूँ तू मेरी भी मन लै फिर अपने ओदा भी तो रांझा राजी रखना है वह कहती एक बार पता लग जूगा भी बच्चा बिल्कुल तंदुरुस्त है जे कोई कमी पेशी हुई आप दवाई वगैरह ले लेंगे हूँ है ना चल तू कॉल ना कर आ मेरे नाल चल वो गड्डी खड़ी है आ जा आने जाने करांगे आप ओ
गल की है, गल तो दस दो, एवं मुंह फुलाया रस्ते च भी मैनू बुलाया नहीं। जी तो मुंह फुलावा तो होर की करा यार, टेस्ट करवाना सीगा, इहदा मतलब यह नहीं कि तेरे आ कुछ आऊगा। तेनू पता तेरे टेस्टां च की है की कुड़ी है तेरे पेट च, तो फिर की होया यार? मैं तेनू आख्या मैनू आपके घर वास्ते ना जिहड़ा मेरी जमीन सांभ सके मैनू मुंडा चाहिए, पर खून तो थोड़ा ही है ना चाहिए। यार मैं खून अग लाउणा है, मैनू नहीं लोड़ इसकी। जी तो मेरी गल सुन लै साहब, जां तां इह कुड़ी दा अबॉर्शन करवा दे, नहीं फिर बच्चा आपां नूं इक होर ट्राई करना पऊगा। मैं इहनू नहीं रख सकदा, इहनू आपदा आप पाल लई तूं। लै इह की गल कही जांदे हो तुसीं, मेरी गल सुनो विक्की, आ बच्चे बच्चे करना खेड़ थोड़ी है। चलो मानदी हाँ तुहाडी गल नाल सहमत हाँ, मैं दूजा बच्चा करन नूं मैं तैयार हाँ, पर तुसीं ना मेरे नाल विआह करवाओ। ओए शर्म कर, ओए शर्म, सरदार नहीं बणेगी हुण तूं? नहीं इश, मैं की गलत कहता? तू आपदी औकात तों बाहर ना जा। जे तेरे नाल मैं थोड़ा टाइम रखी भी है ना सांझ, उहदे पैसे ले ली मैथों, आपदा पैसे लैके किसी दे होर लड़ लग, मेरा खेड़ा छड़ दे। किन्नी गलत गल है ना, उदो तो मैनू बाला कहंदे सी तेरे नाल प्यार करदा आ करदा, हुण की होया? ओ जीतो यार तू मैनू मत्ता ही ना दे, तेनू एक गल दसती, अपना साथ अज तक दा सीगा, जे अज तो बाद मेरे घर दे नेड़े तेड़े भी आ गई ना जां मेरी जिंदगी दे विच कोई इंटरफेयर करिया तां मैथों वरा कोई नहीं, समझ गई गल? काले दी मौत तो बाद काले दी मौत दी लगदी। पहली आके बह गया है ओए। हाँ जी हाँ, चला जा गड्डी च पैने पैसे फड़ाउणा तैनू। वो तो ठीक है जी, जे तुसीं 2 लाख का प्रबंध होर कर लेंदे, एक खबर होर सी मेरे कोल वधिया जी। बस कर ओए, साला टुट्टे छत्तर वांगू अग्गी वधदा जांदा, पता तू मेरे कोल गल कीती सी तां पता तेरे पैसों का हल हो गया, जे कि बाई नूं आख्या हुंदा ना तां तैनू मार के पुट्ठा लमकाया हुंदा। हो जी, मार मराउण दीआं गल्लां कहनूं करदे हो, मैं तां इह कहिंदा सी 5 लाख रकम भी बहुत वड्डी हुंदी आ, पर इह गल तुहाडे फायदे दी आ। बोल। जीतो मिली सी मैनूं, वो कहिंदी मेरे ढिड दे विच कुड़ी है, मैं चैकअप करवाएगा। तुसीं हुण आप समझो भी जे किते जीतो ने बाई नाल विआह करा लिया, तुहाडे पल्ले की ठूठा रह जू जिहड़े उत्तों कुड़ी लै के आऊ उहदे पल्ले जी। गल तां तेरी सही है यार, पर बाई ऐं थोड़ा करूगा यार। ओ करदा हुंदा जी, तीवीं चीज़ ही इहो जी आ, पहलां नहीं बाई ने काले दा कतल करता, जे झूठ कहिणा तां दस्सो जी। गल्लां तां तेरियां सारियां सही ने यार, पहलां मैं जिहड़ी कुड़ी नूं प्यार करदा सी ਬਾਈ ਹੁਣ ਘਰੇ ਪਿਆ ਲਿਆ ਆ, ਤੇ ਹੁਣ ਬਾਈ ਜੀਤੋ ਮਗਰ ਲੱਗਿਆ ਫਿਰਦਾ, ਬਾਈ ਤਾਂ ਹੱਲ ਕਰਨਾ ਪਊ ਯਾਰ। ਹੱਲ ਤਾਂ ਕੀ ਕਰਨਾ ਜਨਾਬ, ਬਾਈ ਤਾਂ ਇੱਕ ਬੋਤਲ ਦੀ ਮਾਰਾ, ਇੱਕ ਬੋਤਲ ਪਿਆ ਕੇ ਨਾ ਬੜਿਆ ਕੇ ਜੇ ਬਾਈ ਤੋਂ ਸਾਈਨ ਕਰਾ ਲਓ ਕਾਗਜ਼ਾਂ ਤੇ, ਜੈ ਜਾ ਸੋਡੀ ਸਾਰੀ। ਸਕੀਮ ਤਾਂ ਤੇਰੀ ਸਹੀ ਆ ਯਾਰ, ਚੱਲ ਆ ਜਾ ਤੈਨੂੰ ਪੈਸੇ ਦਿੰਦਾ। ਆ ਜਾਓ ਜੀ ਮਲਕ। ਉਹ ਨਹੀਂ ਨਹੀਂ ਦੀਪ, ਕੋਈ ਗੱਲ ਹੀ ਨਹੀਂ, ਮਹਾਂ ਪੈਸਿਆਂ ਤੈਨੂੰ ਜਵਾਬ ਹੈ ਕੋਈ? ਮੈਂ ਕਹਿ ਦੂੰਗਾ ਸਾਡੇ ਵਾਲੇ ਛੋਟੇ ਨੂੰ ਕਹਿ ਦੂੰਗਾ, ਇਹ ਆ ਜੂਗਾ। ਸੱਚ ਐਂ ਦੱਸ ਕੱਪੜੇ ਸਿਉਂਦੇ ਮੇਰੇ? ਬਸ ਫਿਰ 2 ਕੁੜਤੇ ਵੀ ਮੈਂ ਇਹਦੇ ਹੱਥ ਭੇਜ ਦੀ। ਠੀਕ ਹੈ ਕਰ ਦੇ ਗੱਲ। ਅੱਛਾ ਮੈਂ ਕਹਿ ਰਿਹਾ ਹੈਪੀ, ਤੂੰ ਜਾਣਾ ਜੀ ਕਾਲਜ? ਕਾਲਜ ਤਾਂ ਦੇਖਦਾਂਗਾ ਮੈਂ ਹਜੇ, ਤੂੰ ਨਾ ਆਉਂਦਾ ਹੋਇਆ ਮੇਰੇ 2 ਕੁੜਤੇ ਵੀ ਐਵੇਂ ਫੜ ਲਈ ਉਦੋਂ, ਉਹਦੇ ਸਿਮ 'ਤੇ ਪਏ ਨੇ। ਠੀਕ ਹੈ ਹਾਂ, ਬਾਕੀ ਜੇ ਉੱਥੋਂ ਮੈਂ ਹੋਰ ਸਮਾਨ ਮੰਗਾਉਣਾ ਹੈ ਨਾ ਤੈਨੂੰ ਫੋਨ ਕਰੂੰਗਾ, ਫੋਨ ਚੱਕ ਲਿਆ ਕਰ ਜਾ ਕੇ ਉਹਨਾਂ 'ਚ ਮੰਨ ਲਈ ਜਾਣਾ ਦੋਸਤਾਂ ਨਾਲ। ਕੋਈ ਨਹੀਂ ਫੋਨ ਚੱਕ ਲੂੰਗੀ, ਅਤੇ ਪੈਸੇ ਪੂਸੇ ਉਹਨੂੰ ਦਿੱਤੇ ਹੋਏ ਨੇ ਕਿ ਕਿਵੇਂ ਕਰਨਾ? ਸਾਰਾ ਕੁਛ ਉਹਨੂੰ ਕਰਿਆ ਹੋਇਆ, ਕੋਈ ਨਹੀਂ ਬਾਕੀ ਉੱਤੋਂ ਲੈ ਲੂਗਾ ਆਪੇ। ਦੇਖ ਦੇਖ ਕਿੱਡਾ ਧੋਖੇਬਾਜ਼ ਹੈ ਨਾ, ਮੇਰੀ ਜ਼ਿੰਦਗੀ ਬਰਬਾਦ ਕਰਕੇ ਆਪ ਪਰਿਵਾਰ 'ਚ ਹਰਜ਼ਾ ਖੇਡਦਾ ਫਿਰਦਾ, ਮੈਨੂੰ ਮੇਰਾ ਹੱਕ ਦਿਓ, ਮੈਨੂੰ ਨਹੀਂ ਪਤਾ। ਅਤੇ ਹੁਣ ਜਦੋਂ ਕੁੜੀ ਦਾ ਪਤਾ ਲੱਗਾ ਤਾਂ ਮੈਨੂੰ ਕਹਿੰਦਾ ਆਪਣਾ ਜਾ ਕੇ ਕੰਮ ਕਰ, ਇਹ ਕਿਹੜੀ ਸਹੀ ਗੱਲ ਹੋਈ? ਜਿੱਤੋ ਤੂੰ ਵੀ ਧੱਕਾ ਕਰਦੀ ਪਈ ਆ, ਤੈਨੂੰ ਪੈਸੇ ਬਹੁਤ ਦੇ ਦਿੱਤੇ ਆ ਤੇਰੀ ਰੋਟੀ ਜੋਗੇ। ਜਿੱਤੋ ਇਹ ਨਾਟਕ ਜਿਹਾ ਨਾ ਕਰ ਮੇਰੇ ਮੂਹਰੇ, ਜੋ ਵੀ ਕੁਛ ਹੋ ਗਿਆ ਉਹ 'ਤੇ ਮਿੱਟੀ ਪਾਉਣ, ਤੂੰ ਆਪਦੀ ਜ਼ਿੰਦਗੀ ਨਵੇਂ ਸਿਰ ਤੋਂ ਸ਼ੁਰੂ ਕਰ ਲੈ। ਮਿੱਟੀ ਮੁੱਟੀ ਮੈਂ ਕੋਈ ਨਹੀਂ ਪਾਉਣ ਲੱਗੀ, ਮੇਰੇ ਕੋਲ ਸਾਰੇ ਪ੍ਰੂਫ ਪਏ ਨੇ, ਮੈਂ ਨਾ ਤੁਹਾਨੂੰ ਜੇਲ੍ਹ 'ਚ ਘੜੀਸਾਂਗੀ ਔਰ ਦੇਖਿਓ ਮੈਂ ਕੀ ਕਰਦੀ ਹਾਂ। ਉਹ ਜੇ ਤੇਰੀ ਆਹੀ ਗੱਲਾਂ ਨੇ ਨਾ, ਜਾਂ ਜਿੱਥੇ ਤਿੱਥੋਂ ਜ਼ੋਰ ਲੱਗੂ ਲਾ ਲਈ, ਸਾਰੇ ਬੰਦੇ ਮੇਰੀ ਜਾਣ ਪਛਾਣ ਦੇ ਨੇ, MLA ਤੱਕ ਜਾਣ ਪਛਾਣ ਹੈ ਮੇਰੀ, ਤੂੰ ਕੀ ਕਰ ਦੇਂਗੀ ਮੇਰਾ? ਜਾਂ ਕੰਮ ਕਰ ਆਪਦਾ, ਨਿਕਲ ਮੇਰੇ ਘਰੋਂ। ਛੱਡ ਮੈਨੂੰ, ਚੱਲ ਚੱਲ ਬਾਹਰ ਨਿਕਲ ਤੂੰ। ਆਈ ਯਾਰ ਦੇਖ ਲਓ ਤੁਸੀਂ ਸਾਰਿਆਂ ਨੂੰ ਘੜੀਸੂ ਵੇ, ਘੜੀਸੇਂਗੀ ਤੂੰ, ਜਾਂ ਕੰਮ ਕਰ। ਸੰਗਤ ਤੂਰੇ ਬੈਠਾ, ਮੈਂ ਤਾਂ ਤੈਨੂੰ ਘਰੇ ਲੱਭੀ ਜਾਂਦੀ ਹਾਂ। ਕੀ ਕਰਨ ਲੱਗੇ ਜੀ ਘਰੇ? ਘਰੇ ਮੈਂ ਤਾਂ ਤੈਨੂੰ ਇਹੀ ਦੱਸਣਾ, ਮੈਂ ਵਿੱਕੀ ਦੇ ਉੱਧਰ ਗਈ ਸੀ। ਬੋਲ ਕੀ ਕਰਨ ਲੱਗੀ ਜੀ ਉੱਥੇ? ਮੇਰੇ ਤੋਂ ਰਿਹਾ ਨਹੀਂ ਗਿਆ, ਮੈਂ ਸਾਰੀ ਗੱਲ ਖੋਲਤੀ ਵੀ ਤੂੰ ਮੇਰੇ ਨਾਲ ਆ ਕੀਤਾ ਆ, ਐਡਾ ਵੱਡਾ ਧੋਖਾ ਕਰਿਆ, ਉਹਦੇ ਘਰ ਵਾਲੀ ਵੀ ਸੀ। ਸਾਰਾ ਸਾਹਮਣੇ ਬੋਲਤਾ ਹੈ ਤੂੰ? ਸਾਰੇ ਸਾਹਮਣੇ ਬੋਲਤਾ ਮੈਂ? ਪਾਗਲ ਆ ਤੂੰ, ਦਿਮਾਗ ਖਰਾਬ ਹੈ ਤੇਰਾ, ਬਣਿਆ ਬਣਾਇਆ ਪਲਾਨ ਸਾਰਾ ਕੁਛ। ਫਿਰ ਹੁਣ ਮੈਂ ਕਰਦੀ ਵੀ ਕੀ, ਮੇਰੇ ਤੋਂ ਨਹੀਂ ਰਿਹਾ ਗਿਆ ਜਦੋਂ ਮੈਨੂੰ ਪਤਾ ਲੱਗਿਆ ਐਡਾ ਵੱਡਾ ਧੋਖੇਬਾਜ਼ ਹੈ।
मैं हाथ जोड़ के बेनती कर दी हूं तू मेनू अपना ला अपना घर रख अपना सकदा हुण तू कल्ली रह क्यों क्योंकि जिहड़े चार पैसे आने सी ओह तां हुण गए मेरे तगड़ा बंदा गा आपां उहदा कुछ नहीं कर सकते सारा दिन काम ही नहीं मुकदे पहला ले जाऊंगा फिर कुटूंगा फिर कि तेन पाऊंगा ये कुड़ी इधर किधर एक बार पूछा तो सही सुने हो ये तो खेत रहा तुसी इधर किधर तुसी मैनू ना रोको टोको मैं मरन चली हाँ जिंदगी बार बार नहीं मिलती मरन की लोड़ है होया की है की दसा मेरे नाल की कुछ होया तुसी मेनू ना रोको हाथ जोड़ के बेनती है मेनू मरन नहीं मेरी गल सुनो इस रात ते कोई दूर तक पिंड नहीं गा तुसी हो किथे हो की होया सोडे नाल मैं ता जी नाल दे पिंड दिया मेनू उस पिंड तो कढ़ता ते मैं इत्थे जा पहुंची मेरा निक्का जा परिवार सी मैं मेरा घर वाला भावें असी गरीब सी पर जिन्ना दिता रब ने असी उहदे च ही खुश सी फिर अचानक पता नहीं मेरी जिंदगी च की कैट आया मैनू मेरी जिंदगी च एक बंदा मिलिया उहने मैनू पैसे दा लालच दे के मैनू खरीद लिया ते मेरे घर वाले नू मारता जदों उहनू पता लगा कि मैं प्रैगनेंट हाँ मेरे इस कुख विच बच्चा पल रहा ते ओ कुड़ी है उहने मैनू धक्के मार के घरों कढ़ता मेरी हुण सारी जिंदगी तो बर्बाद हो ही गई है जीव के भी की करांगी मैनू मर लैण दो तुसी क्यों नहीं समझदे मरना किस वास्ते है जी सारी उम्र थोड़ा मैं साथ दूंगा तुसी मेरे नाल चलो पर तुसी मैनू किन्ना के टाइम अपने घरे रखोगे सारी उम्र रखूंगा मैनू तो रख लूंगी पर आ मेरा बच्चा इहदा की करोगे ये बच्चा नूं मैं अपने बच्चा वांगू पालूंगा तुसी मेरे नाल चलो पक्का ना तुसी होरा वर्गे तां निकलोगे धोखेबाज तुसी मेरे ते यकीन करो आओ चलिए बस पुत आही कुछ जानदी सी मैं इहदे बारे समझ गई मम्मी मैं इहदियां आही हरकतां करके राजे तो गरीब बन गया पर विक्की तेरे कोल तां किसे गल दी कमी नहीं सी तेरे आ हालात किवें हो गए कि तू मंग के खाण वाला हो गया ओ जित्तो कमी तां कोई नहीं सी पर जिवें मैं तेरे नाल धोखा कीता ना ऐही धोखा मेरे नाल होया हैप्पी जो तू मैनूं गल्लां दसिया किते ओ झूठ तां नहीं हैगी आ की पता उस बंदे ने झूठ बोलता होवे तुहानूं दोवां भाइयां नूं लड़ाउण लई भाभी मैं बाई नूं बचपन तों जाणदा मैनूं पता ओह किन्ना कमीना बंदा पहले गल सुन भाभी पसंता तेनू मैं करता सी पर हुण बई तेनू ब्याह लिया तो मैं की करदा नाले उत्ते तेनू हुण धोखे च रख रहा आह जीतू नाल प्यार करदा हुण बई ते नाले गल सुन जीतू दे पेट च जिहड़ा बच्चा ना वह बई दी आ तेनू तां झूठ बोली जांदा ओह भी आपां बच्चा गोद लै लांगे नाले भाभी मेरी गल सुन इस घर दे विच मेरा भी अद्धा हिस्सा किते इह ना होवे आपां उस अद्धे हिस्से तों भी जाइए आपां नूं कुछ करना पऊगा जे बई कि जितों दिन गलों आ गया ना तो सारा कुछ बई उन्होंने लटा दूगा अपने पहले कख नहीं रहना पर हम पर करिए तो करिए कि मैं ऐ कहनी हाँ तू कोई हल लभेगा हल तो भाभी मेरे को है जदों अज बई आऊगा ना तो मैं तू प्यार नाल सहन करवाऊंगा जदों तेन मैं कहूँगा तू कागज चक के ले आई भाभी सच एक जरूरी गल तो दसनी तेन रही गई कि जितू के मगर लग के ना उन्हें वो घर वाले का कतल भी बई नहीं किया मैं उस बंदे तो रिकॉर्डिंगा सुनिया ने सारिया जमा सच कहना सी भाई अगर की बनाया लड़ेदार नहीं है जी मैं आज पनीर बनाया है ओहो भाई बड़ी चंगी गल है तू तो पिछों ही पी के आ गया यार आज मैं तेनू पार्टी देनी सी ओ छोटिया तू पार्टी देने वाला बन मैं कितने ऑटो चलिया
चल भाभी तू साडे वास्ते सब्जी पा ली माड़ा बाई नू चलो ठीक है आ ले भाई ला करा बैग तेरा गंजर दा की जिक्र है बस मैं क्या असल दे विच भाई मैं अज तेरे नाल इक गल करनी सी मैं ना एक प्रोजेक्ट ये काम कर रहा अच्छा मैं चाहता सी भी आप दोनों भाई मिल के करिए काम फिर मेरे वालों कद ना होगी होर बई गल पता की है असल दे विच हुण तेरी दहशता लोगों च ज़्यादा जे आप दोनों ने पार्टनर बन के काम करा ना तो नाले तो लोगों ने अपने पैसे नहीं मारने तेन पता ही आ काम भी टॉप से चलू फिर कमलिया गल क्यों करता है मेरी जिथे तेन है मैं तेरे वास्ते हाजिर बई थोड़े सहन करने ने क्योंकि फॉर्मैलिटी जी अपन पूरी करनी पेगी तेरे सहना की लड़ है बई लिया भाभी लैके ही कागज जे थोड़ा सहन कर दो जरूरी ने खुश है मैं खुश है बस हूं तू खुश रही मालक कौन है मैं तू क्यों फिक्र कर मालक बई हुण तू नहीं रहा मालक हुण असीं हो गए असीं हां दे सिमर ਆਕੀ ਕਹੀ ਜਾਂਦਾ ਉਹ ਜੋ ਵੀ ਕਹਿ ਰਿਹਾ ਨਾ ਉਹ ਸੱਚ ਕਹਿ ਰਿਹਾ ਨਾਲੇ ਤੇਰੇ ਵਰਗੇ ਇਨਸਾਨ ਨਾਲ ਨਾ ਇਹੀ ਕੁਝ ਹੋਣਾ ਸੀਗਾ ਤੂੰ ਸਾਨੂੰ ਧੋਖਾ ਦੇ ਕੇ ਇੰਨਾ ਕੁਝ ਕਰ ਲਿਆ ਜਿੱਥੋਂ ਪਿੱਛੇ ਲੱਗ ਕੇ ਤੂੰ ਮੈਨੂੰ ਧੋਖਾ ਦਿੱਤਾ ਨਾਲੇ ਉਹਦੇ ਘਰ ਵਾਲੇ ਨੂੰ ਮਾਰਤਾ ਮੈਂ ਨਹੀਂ ਕਦੇ ਸੋਚਿਆ ਸੀ ਐਵੇਂ ਨਾ ਕਮਲ ਮਾਰੀ ਉਹ ਬਸ ਕਰੋ ਬਈ ਹੁਣ ਤੇਰਾ ਇਸ ਘਰ ਦੇ ਵਿੱਚ ਕੋਈ ਨਾਤਾ ਨਹੀਂ ਆਪਦਾ ਜਾ ਕੇ ਜਿੱਥੇ ਮਰਜ਼ੀ ਰਹਿ ਤੇਰਾ ਸਾਰਾ ਕੁਝ ਹੁਣ ਸਾਡੇ ਨਾਲ ਹੋ ਗਿਆ ਇਹ ਕਹਾ ਜੋ ਹੀ ਨੇ तू चल देख ला विक्की जिवें तू मेरे नाल धोखा कीता ना उवें ही हैप्पी ने तेरे नाल धोखा कीता सियाने सच ही कहिंदे ने जिहो जिही करनी ओहो जिही भरनी। हाँ जी दोस्तों वीडियो तुहानू किवें लगी कमेंट करके जरूर दस्यो बाकी एक गल दी समझ तुहानू लग ही गई होनी भी बंदा जिहो जिहा कर्म करदा है ओहदे अगे जरूर आउंदा है अज इस इंसान ते इन्नी क विपता पई है भी इहदे आपदे खून ने भी इहनू पछाणन तों इनकार करता हुण इह बंदा दर दर दीआं ठोकरां खांदा फिर सो उम्मीद है जिन्ना क मैसेज तुहाडे तक पहुँचाउणा चाहुंदे सी वो पहुँच गया होना साड़ी आने वाली वीडियोज़ देखने के वास्ते चैनल सबसक्राइब जरूर कर लो बहुत बहुत धन्यवाद दोस्त।